ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ, ਜਨਤਾ ਦੀ ਆਵਾਜ਼ ਇਸ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਇਸ ਦਹਾਕੇ ਦਾ 2009 ਦਾ ਕਹਿ ਲਿਆ ਜਾਏ ਇਸ ਦੀ ਸਮਾਪਤੀ ਦੇ ਉੱਤੇ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ। ਇਸ ਸਾਲ ਦਾ ਅਖੀਰਲਾ ਪ੍ਰੋਗਰਾਮ ਹੈ। ਇਸ ਸਾਲ ਦੇ ਵਿੱਚ ਜੋ ਸਭ ਤੋਂ ਵੱਡੀ ਘਟਨਾ ਵਾਪਰੀ, ਜਿਹੜੀ ਸਿੱਖ ਪੰਥ ਨਾਲ, ਸਿੱਖ ਕੌਮ ਨਾਲ ਜਿਸ ਦਾ ਤਾਲਕ ਹੈ, ਜਿਹੜੀ ਕਈ ਦਹਾਕਿਆਂ ਦੀ ਮੰਗ ਸੀ, ਜਿਹੜੀ ਕਈ ਸਦੀਆਂ ਦਾ ਇੱਕ ਵਿਸ਼ਾ ਸੀ, ਉਸ ਦੇ ਉੱਤੇ ਉਸਨੂੰ ਸਿੱਕੇ ਬੰਦ ਕਰਦਿਆਂ, ਉਸ 'ਤੇ ਆਖਰੀ ਮੋਹਰ ਲਗਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 30 ਮਈ 2009 ਨੂੰ ਜਿਹੜਾ ਇਤਿਹਾਸਕ ਫੈਸਲਾ ਦਿੱਤਾ, ਉਹ ਫੈਸਲਾ ਜਿਸ ਦੇ ਪਿਛਲੇ ਇਤਿਹਾਸ ਨੂੰ ਵਾਚਣ, ਕੋਖਣ ਅਤੇ ਉਸ ਦੇ ਵਿਸਥਾਰ ਸਹਿਤ ਉਸ ਦੇ ਉੱਤੇ ਵਿਚਾਰ ਕਰਕੇ ਜੋ ਆਪਣਾ ਇੱਕ ਇਤਿਹਾਸਕ ਨਿਰਣਾ ਦਿੱਤਾ, ਫੁੱਲ ਬੈਂਚ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਫੁੱਲ ਬੈਂਚ ਨੇ, ਉਹ ਇਤਿਹਾਸ ਦਾ ਇੱਕ ਦਸਤਾਵੇਜ਼ ਹੈ। ਜੇਕਰ ਉਸ ਜਜਮੈਂਟ ਨੂੰ ਪੜ੍ਹ ਲਿਆ ਜਾਏ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕੋਈ ਅਸੀਂ ਪੰਥਕ ਕਿਤਾਬ ਜਾਂ ਸਿੱਖ ਰਹਿਤ ਮਰਿਆਦਾ ਦੀ ਵਿਆਖਿਆ ਨੂੰ ਪੜ੍ਹ ਰਹੇ ਹਾਂ। ਸੰਖੇਪ ਵਿੱਚ ਉਸ ਦਾ ਜ਼ਿਕਰ ਕਰਨਾ ਹੈ, ਉਸ ਜਜਮੈਂਟ ਦਾ। ਉਹ ਜਜਮੈਂਟ ਹੈ ਸਹਿਜਧਾਰੀ ਦੀ ਪਰਿਭਾਸ਼ਾ ਦਾ। ਸਹਿਜਧਾਰੀ ਕੌਣ ਹੈ, ਸਹਿਜਧਾਰੀ ਕੀ ਅੱਜ ਵੀ ਹਨ, ਸਹਿਜਧਾਰੀ ਕਿਸ ਨੂੰ ਕਿਹਾ ਜਾ ਸਕਦਾ ਹੈ। ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਲਫ਼ਜ਼ ਸਿੱਧੇ ਤੌਰ 'ਤੇ ਨਹੀਂ ਸੀ, ਪਰ ਪੁਰਾਣੇ ਰਹਿਤਨਾਮਿਆਂ ਦੇ ਵਿੱਚ, ਵਾਜਬੁਲ ਅਰਜ਼ ਦੇ ਵਿੱਚ, ਹੋਰ ਕਈ ਇਤਿਹਾਸਕ ਪੁਸਤਕਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਸੀ। ਸਮੇਂ ਦੇ ਬਦਲਦੇ ਹਾਲਾਤ ਦੇ ਵਿੱਚ ਜਦੋਂ ਮੁਸੀਬਤਾਂ ਸਨ, ਜਦੋਂ ਸਿੱਖ ਅਖਵਾਉਣ ਵਿੱਚ ਵੀ ਖਤਰਾ ਸੀ, ਉਸ ਵੇਲੇ ਦੀ ਬਣੀ ਹੋਈ ਇਹ ਪਰੰਪਰਾ। ਪਰ ਬਾਅਦ ਵਿੱਚ ਜਦੋਂ ਸਿੱਖ ਹੋਣ ਵਿੱਚ ਫਖਰ ਮਹਿਸੂਸ ਹੋਣ ਲੱਗ ਪਿਆ, ਸਿੱਖ ਹੋਣ ਦੇ ਉੱਤੇ ਕੁਛ ਰਿਆਇਤਾਂ ਮਿਲਣ ਲੱਗ ਪਈਆਂ, ਤਾਂ ਕੁਛ ਲੋਕਾਂ ਨੇ ਉਹਨਾਂ ਰਿਆਇਤਾਂ ਨੂੰ ਹਾਸਲ ਕਰਨ ਲਈ ਵੀ ਇਹ ਲਕਬ ਧਾਰਨ ਕੀਤਾ। ਪਰ 1925 ਦਾ ਗੁਰਦੁਆਰਾ ਐਕਟ ਜਿਸ ਵੇਲੇ ਬਣਿਆ, ਉਸ ਵੇਲੇ ਇਹ ਸਹਿਜਧਾਰੀ ਲਫ਼ਜ਼ ਵਿੱਚ ਨਹੀਂ ਸੀ। ਜਿਵੇਂ ਸਰਕਾਰ ਦੀ ਮਨਸ਼ਾ 1925 ਤੋਂ ਪਹਿਲੇ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧ ਦੇਣ ਦੀ ਨਹੀਂ ਸੀ, ਪਰ ਜਿਸ ਅਰਦਾਸ ਦੇ ਵਿੱਚ ਅਸੀਂ ਰੋਜ਼ ਜ਼ਿਕਰ ਕਰਦੇ ਹਾਂ, ਗੁਰਦੁਆਰਾ ਸੁਧਾਰ ਦੀ ਲਹਿਰ ਦੀ ਖਾਤਰ ਜਿਨ੍ਹਾਂ ਨੇ ਅਨੇਕ ਪ੍ਰਕਾਰ ਦੇ ਦੁੱਖ ਸਹਿੰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਅਸੀਂ ਪੰਜਾ ਸਾਹਿਬ, ਨਨਕਾਣਾ ਸਾਹਿਬ, ਗੁਰੂ ਕਾ ਬਾਗ, ਗੰਗਸਰ, ਜੈਤੋ ਜੀ, ਸ਼ਹੀਦਗੰਜ, ਉਹਨਾਂ ਇਤਿਹਾਸਕ ਸਾਕਿਆਂ ਦਾ ਜ਼ਿਕਰ ਕਰਦੇ ਹਾਂ। ਗੁਰਦੁਆਰਾ ਪ੍ਰਬੰਧ ਦੀ ਖਾਤਰ ਉਹਨਾਂ ਹੋਏ ਸ਼ਹਾਦਤਾਂ ਦਾ ਜ਼ਿਕਰ ਸਾਡੀ ਅਰਦਾਸ ਦਾ ਅੰਗ ਹੈ, ਉਹ ਸਾਡੇ ਇਤਿਹਾਸ ਦਾ ਸੁਨਹਿਰੀ ਬਾਬ ਹੈ, ਉਹ ਸੁਨਹਿਰੀ ਅਧਿਆਇ ਹੈ। ਪਰ ਇੱਕ ਗੱਲ ਸਪਸ਼ਟ ਸੀ, ਜੋ ਇੱਕ ਫਿਕਰਾ ਜੋ ਬੋਲਿਆ ਜਾਂਦਾ ਹੈ ਇੱਕ ਲਫ਼ਜ਼ ਦੇ ਵਿੱਚ, ਉਹ ਸਾਰੀ ਪਰਿਭਾਸ਼ਾ ਸਪਸ਼ਟ ਹੋ ਜਾਂਦੀ ਹੈ, ਕਿਸੇ ਕਿਸਮ ਦਾ ਕੋਈ ਪਰਮ ਭੁਲੇਖਾ ਨਹੀਂ ਰਹਿ ਜਾਂਦਾ। ਉਹ ਹੈ
ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਪ੍ਰਾਪਤ ਹੋਵੇ। ਗੁਰਦੁਆਰਿਆਂ ਦੀ ਸੇਵਾ ਖਾਲਸਾ ਹੀ ਕਰ ਸਕਦਾ ਹੈ। ਇਹ ਇਸ ਗੱਲ ਤੋਂ ਵੀ ਸਪਸ਼ਟ ਹੈ ਕਿ ਪਾਕਿਸਤਾਨ ਦੇ ਵਿੱਚ ਰਹਿ ਗਏ, ਦੇਸ਼ ਦੀ ਵੰਡ ਦੇ ਬਾਅਦ ਕਾਫੀ ਵੱਡੀ ਗਿਣਤੀ ਵਿੱਚ ਪਾਕਿਸਤਾਨ ਵਿੱਚ ਗੁਰਤਾਮ ਰਹਿ ਗਏ ਸਨ, ਕਾਫੀ ਵੱਡੀ ਗਿਣਤੀ ਵਿੱਚ ਨਾਨਕ ਨਾਮ ਲੇਵਾ ਉੱਥੇ ਵਸਦੇ ਸਨ, ਕਾਫੀ ਵੱਡੀ ਗਿਣਤੀ ਵਿੱਚ ਸਨ ਜੋ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਰਖਵਾਉਂਦੇ ਸਨ। ਪਰ ਇਹ ਵੀ ਸੱਚਾਈ ਹੈ ਕਿ ਗੁਰਦੁਆਰਿਆਂ ਨੂੰ, ਉਹਨਾਂ ਪਾਵਨ ਇਤਿਹਾਸਕ ਗੁਰਤਾਮਾਂ ਨੂੰ ਤਾਲੇ ਲੱਗੇ ਹੁੰਦੇ ਸਨ। ਜਦੋਂ ਇੱਥੋਂ ਸੰਗਤ ਜਾਂਦੀ ਸੀ ਤਾਂ ਉਹ ਗੁਰਤਾਮਾਂ ਦੇ ਦਰ ਖੁੱਲ੍ਹਦੇ ਸਨ, ਉਹ ਕਿਵਾੜ ਖੁੱਲ੍ਹਦੇ ਸਨ ਅਤੇ ਸੰਗਤ ਉਹਨਾਂ ਦੇ ਦਰਸ਼ਨ ਕਰਦੀ ਸੀ। ਇਹ ਸਹਿਜਧਾਰੀ ਦਾ ਮਸਲਾ ਤਾਂ ਪ੍ਰਚੰਡ ਹੋਇਆ ਜਦੋਂ ਸਿੱਖ ਗੁਰਦੁਆਰਾ ਐਕਟ 1925 ਵਿੱਚ ਜੋ ਬਣਿਆ ਉਸ ਦੇ ਵਿੱਚ ਸਰਕਾਰੀ ਮੁਦਾਖਲਤ ਕਈ ਰੂਪਾਂ ਵਿੱਚ ਕੀਤੀ ਗਈ। ਕਦੀ ਤਾਂ ਸਾਧ ਸੰਗਤ ਬੋਰਡ ਬਣਾ ਕੇ ਸਰਕਾਰ ਨੇ ਗੁਰਦੁਆਰਿਆਂ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ, ਕਦੇ ਪੈਪਸੂ ਦੇ ਗੁਰਦੁਆਰੇ ਵਿੱਚ ਸ਼ਾਮਿਲ ਕਰਕੇ ਤਾਂ ਕਿ ਸਰਕਾਰ ਦਾ ਦਖਲ ਹੋ ਸਕੇ, ਸਰਦਾਰ ਪ੍ਰੇਮ ਸਿੰਘ ਲਾਲਪੁਰਾ ਦੇ ਰਾਹੀਂ ਸਰਕਾਰ ਦਾ ਕਬਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਬਾਅਦ 1959 ਦੇ ਵਿੱਚ ਐਮੈਂਡਮੈਂਟ ਕਰਕੇ ਐਕਟ ਦੇ ਵਿੱਚ ਸਹਿਜਧਾਰੀ ਲਫਜ਼ ਪਾਇਆ ਗਿਆ। ਸਹਿਜਧਾਰੀਆਂ ਦੀਆਂ ਵੋਟਾਂ ਸ਼੍ਰੋਮਣੀ ਗੁਰਦੁਆਰਾ ਐਕਟ ਦੇ ਵਿੱਚ ਪਾ ਦਿੱਤੀਆਂ ਗਈਆਂ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਸਹਿਜਧਾਰੀ ਦੇ ਨਾਮ ਥੱਲੇ, ਜਿਵੇਂ ਵੇਖਣ ਵਿੱਚ ਆਇਆ, ਸਪਸ਼ਟ ਹੋਇਆ, ਰਿਪੋਰਟਾਂ ਆਈਆਂ ਔਰ ਇਹਨਾਂ ਦੀ ਤਸਦੀਕ ਵੀ ਹੋਈ ਕਿ ਗੈਰ ਸਿੱਖਾਂ ਨੇ ਸਹਿਜਧਾਰੀ ਦੇ ਨਾਮ ਥੱਲੇ ਆਪਣੀਆਂ ਵੋਟਾਂ ਬਣਵਾਈਆਂ। ਇਹ ਸਾਰੇ ਜੋ ਹੋ ਰਿਹਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਰ ਬਾਰ ਕਈ ਦਫਾ ਆਪਣੇ ਜਨਰਲ ਇਜਲਾਸ ਵਿੱਚ ਕਈ ਮਤੇ ਪਾਸ ਕਰਕੇ ਸਰਕਾਰ ਤੋਂ ਮੰਗ ਕੀਤੀ ਜਾਂਦੀ ਰਹੀ ਕਿ ਸਹਿਜਧਾਰੀ ਦੇ ਨਾਮ ਥੱਲੇ ਇਹ ਜੋ ਵੋਟਰ ਵੋਟ ਦਾ ਅਧਿਕਾਰ ਹੈ ਇਹ ਬੰਦ ਕੀਤਾ ਜਾਏ। ਪਟਨਾ ਸਾਹਿਬ ਦੇ ਵਿੱਚ ਵੀ ਵੋਟਰ ਲਈ ਅੰਮ੍ਰਿਤਧਾਰੀ ਦੀ ਸ਼ਰਤ ਸੀ। ਦਿੱਲੀ ਗੁਰਦੁਆਰਾ ਕਮੇਟੀ ਦਾ, ਦਿੱਲੀ ਗੁਰਦੁਆਰਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ ਜਦੋਂ 1971 ਵਿੱਚ ਪਾਸ ਹੋਇਆ ਤਾਂ ਉਸ ਦੇ ਵਿੱਚ ਵੀ ਪਰਿਭਾਸ਼ਾ ਦੇ ਵਿੱਚ ਸੀ ਕਿ ਸਿੱਖ ਉਹ ਹੈ ਜੋ ਕੇਸਾਧਾਰੀ ਹੈ। ਇਹ ਸ਼ਰਤ ਸੀ, ਉਸ ਦੇ ਵਿੱਚ ਵੀ ਸਹਿਜਧਾਰੀ ਦੀ ਕੋਈ ਵਿਵਸਥਾ ਨਹੀਂ ਸੀ। 1931, 1939 ਅਤੇ ਬਾਅਦ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮਤੇ ਪਾਸ ਹੋਏ ਕਿ ਸਹਿਜਧਾਰੀ ਉਹ ਹੈ ਜੋ ਸਾਬਤ ਸੂਰਤ ਹੋਏ, ਜੋ ਕੇਸ ਰੱਖੇ ਉਹ ਸਹਿਜਧਾਰੀ ਹੈ। ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਨੇ ਵੀ ਜਦੋਂ ਮਹਾਨ ਕੋਸ਼ ਦੀ ਰਚਨਾ ਕੀਤੀ ਤਾਂ ਉਸ ਦੇ ਵਿੱਚ ਵੀ ਇੱਕ ਸਹਿਜਧਾਰੀ ਦੀ ਫੋਟੋ ਉਹਨਾਂ ਨੇ ਦਿਖਾਈ। ਉਸ ਫੋਟੋ ਦੇ ਵਿੱਚ ਵੀ ਉਹ ਇੱਕ ਸਹਿਜਧਾਰੀ ਦਾ ਜੋ ਸਰੂਪ ਸੀ ਉਹ ਪਗੜੀ ਸੀ ਔਰ ਉਹ ਸਾਬਤ ਸੂਰਤ ਸੀ। ਉਹ ਫੋਟੋ ਬੜੀ ਇਤਿਹਾਸਕ ਹੈ, ਜਿਹੜੀ ਮਹਾਨ ਕੋਸ਼ ਐਨਸਾਈਕਲੋਪੀਡੀਆ ਆਫ ਸਿੱਖਇਜ਼ਮ ਦੇ ਵਿੱਚ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨੇ ਅੰਕਿਤ ਕੀਤੀ, ਜੋ ਪੰਜਾਬ ਸਰਕਾਰ ਨੇ ਛਾਪਿਆ, ਉਹ ਤਸਵੀਰ ਅਸੀਂ ਆਪ ਨੂੰ ਦਿਖਾਉਣੀ ਚਾਹਾਂਗੇ। ਇਹ ਸਹਿਜਧਾਰੀ ਦੀ ਇਹ ਸਹੀ ਸਰੂਪ ਹੈ ਜੋ ਮਰਿਆਦਾ ਅਨੁਸਾਰ ਹੈ, ਜੋ ਮਰਿਆਦਾ ਅਨੁਸਾਰ ਸਹਿਜਧਾਰੀ ਦਾ ਸਰੂਪ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨੇ ਅੰਕਿਤ ਕੀਤਾ ਹੈ। ਪਰ
ਸਰਕਾਰ ਦੀ ਵਾਰ-ਵਾਰ ਮੁਦਾਖਲਤ ਦੇ ਬਾਅਦ ਮਾਸਟਰ ਤਾਰਾ ਸਿੰਘ ਉਹਨਾਂ ਦੇ ਨਾਲ ਪੰਡਿਤ ਜਵਾਹਰ ਲਾਲ ਨਹਿਰੂ ਦਾ ਇੱਕ ਅਹਿਦਨਾਮਾ ਹੋਇਆ, ਇੱਕ ਪੈਕਟ ਹੋਇਆ ਜਿਸ ਨੂੰ ਨਹਿਰੂ ਤਾਰਾ ਸਿੰਘ ਪੈਕਟ ਕਿਹਾ ਜਾਂਦਾ ਹੈ। ਉਸ ਪੈਕਟ ਦੇ ਵਿੱਚ ਵੀ ਇਹ ਗੱਲ ਮੰਨੀ ਗਈ ਸਰਕਾਰ ਵੱਲੋਂ ਕਿ ਅੱਗੇ ਤੋਂ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਮੁਦਾਖਲਤ ਨਹੀਂ ਕਰੇਗੀ। ਪਰ ਉਹ ਇੱਕ ਦਸਤਾਵੇਜ਼, ਉਹ ਜੋ ਇੱਕ ਅਹਿਮ ਔਰ ਪਵਿੱਤਰ ਦਸਤਾਵੇਜ਼ ਸੀ, ਉਸ ਨੂੰ ਵੀ ਤਾਰੋ ਤਾਰ ਕਰ ਦਿੱਤਾ ਗਿਆ, ਲੀਰੋ ਲੀਰ ਕਰ ਦਿੱਤਾ ਗਿਆ, ਜਦੋਂ ਸਰਕਾਰ ਨੇ ਆਪਣਾ ਦਖਲ ਅੰਦਾਜ਼ੀ ਨਾ ਕੇਵਲ ਜਾਰੀ ਰੱਖੀ ਬਲਕਿ ਹੋਰ ਤੇਜ਼ ਕਰ ਦਿੱਤੀ। ਪਰ ਬੜੀ ਹੈਰਾਨੀ ਦੀ ਗੱਲ ਹੋਈ, ਇੱਕ ਬਹੁਤ ਹੈਰਾਨੀ ਕਹੀ ਜਾ ਸਕਦੀ ਹੈ, ਇੱਕ ਕਰਿਸ਼ਮਾ ਕਿਹਾ ਜਾ ਸਕਦਾ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਜਦੋਂ ਭਾਰਤ ਦੇ ਗ੍ਰਹਿ ਮੰਤਰੀ ਸਨ, ਜਦੋਂ ਡਿਪਟੀ ਚੀਫ ਪ੍ਰਾਈਮ ਮਿਨਿਸਟਰ ਸਨ, ਉਸ ਵੇਲੇ ਸਰਕਾਰ ਨੇ ਇੱਕ ਅਮੈਂਡਮੈਂਟ ਕਰਕੇ, ਸਿੱਖ ਗੁਰਦੁਆਰਾ ਐਕਟ ਵਿੱਚ ਇੱਕ ਤਰਮੀਮ ਕਰਕੇ ਉਹਨਾਂ ਨੇ ਸਹਿਜਧਾਰੀ ਦੀ ਮੱਤ ਜੋ ਵੋਟਿੰਗ ਰਾਈਟ ਦੇ ਵਿੱਚ ਪਿਛਲੀ ਸਰਕਾਰ ਨੇ ਜੋ ਪਾਈ ਸੀ, ਉਹ ਉਹਨਾਂ ਨੇ ਵੋਟਿੰਗ ਰਾਈਟ ਖਤਮ ਕਰ ਦਿੱਤਾ ਔਰ ਉਹ ਸਹਿਜਧਾਰੀ ਦੀ ਮੱਤ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚੋਂ ਹਟਾ ਦਿੱਤੀ। ਇਸ ਦੇ ਉੱਤੇ ਪਰਮਜੀਤ ਸਿੰਘ ਰਾਣੂ, ਡਾਕਟਰ ਪਰਮਜੀਤ ਸਿੰਘ ਰਾਣੂ, ਉਹਨਾਂ ਦੀ ਤਸਵੀਰ ਆਪ ਨੂੰ ਅਸੀਂ ਦਿਖਾਉਣੀ ਚਾਹਵਾਂਗੇ। ਇਹ ਡਾਕਟਰ ਪਰਮਜੀਤ ਸਿੰਘ ਰਾਣੂ ਇੱਕ ਸਿੱਖ ਪਰਿਵਾਰ 'ਚੋਂ ਹਨ, ਜਿਹੜੇ ਕਹਿੰਦੇ ਹਨ ਕਿ ਮੇਰੇ ਮਾਤਾ ਪਿਤਾ ਅੰਮ੍ਰਿਤਧਾਰੀ ਹਨ। ਇਹਨਾਂ ਨੇ ਆਪਣੇ ਆਪ ਨੂੰ ਸਹਿਜਧਾਰੀ ਕਹਿ ਕੇ ਕਿ ਮੈਂ ਸਹਿਜਧਾਰੀ ਹਾਂ, ਤਾਂ ਮੈਨੂੰ ਇਹ ਜਿਹੜਾ ਵੋਟਿੰਗ ਰਾਈਟ ਖਤਮ ਕੀਤਾ ਗਿਆ ਹੈ, ਇਸ ਨੂੰ ਚੁਣੌਤੀ ਦਿੱਤੀ। ਇੱਕ ਰਿਟ ਆਫ ਸਰਸ਼ੁਰੇਰੀ ਇਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਫਾਈਲ ਕੀਤੀ। ਇਸ ਦੌਰਾਨ ਇਹ ਰਿਟ ਕਾਫੀ ਚਿਰ ਤੋਂ ਲਮਕਦੀ ਪਈ ਸੀ ਔਰ ਇਸ ਦੇ ਉੱਤੇ ਕੋਈ ਫੈਸਲਾ ਨਹੀਂ ਸੀ ਹੋਇਆ। ਪਿਛਲੇ ਸਾਲ ਉਸ ਤੋਂ ਪਹਿਲੇ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ ਐਡਮਿਸ਼ਨ ਦੇ ਲਈ ਜੋ ਸਿੱਖ ਬੱਚਿਆਂ ਦੇ ਲਈ ਰਾਖਵੀਆਂ ਸੀਟਾਂ ਸਨ, ਉਹਨਾਂ ਦੇ ਵਿੱਚ ਕੁਛ ਬੱਚਿਆਂ ਨੂੰ ਜਿਹੜੀ ਸ਼ਰਤ ਰੱਖੀ ਗਈ ਸੀ, ਜੋ ਕਿ ਮਿਨੋਰਿਟੀਜ਼ ਦਾ ਕੋਟਾ ਸੀ, ਉਹ ਸਾਬਤ ਸੂਰਤ ਹੋਣੇ ਚਾਹੀਦੇ ਹਨ ਔਰ ਇੱਕ ਹਲਫਨਾਮਾ, ਇੱਕ ਐਫੀਡੇਵਿਟ ਦਾਖਲ ਕਰਨਾ ਪੈਂਦਾ ਸੀ ਕਿ ਅਸੀਂ ਸਾਬਤ ਸੂਰਤ ਹਾਂ, ਅਸੀਂ ਕੋਈ ਕੇਸਾਂ ਦੀ, ਰੋਮਾਂ ਦੀ ਕਿਸੇ ਕਿਸਮ ਨਾਲ ਵੀ ਬੇਹੁਰਮਤੀ ਨਹੀਂ ਕਰਦੇ। ਮੈਡੀਕਲ ਕਾਲਜ ਦੀ ਐਡਮਿਸ਼ਨ ਦੇ ਦੌਰਾਨ ਉਹਨਾਂ ਦੇ ਵੀਡੀਓਜ਼ ਲਈਆਂ ਗਈਆਂ ਔਰ ਜਦੋਂ ਪਾਇਆ ਗਿਆ ਕਿ ਕੁਛ ਬੱਚਿਆਂ ਦੇ ਹਲਫਨਾਮੇ ਗਲਤ ਹਨ, ਉਹਨਾਂ ਨੇ ਰੋਮਾਂ ਦੀ ਔਰ ਕੇਸਾਂ ਦੀ ਬੇਅਦਬੀ ਕੀਤੀ ਹੈ, ਤਾਂ ਉਹਨਾਂ ਨੂੰ ਐਡਮਿਸ਼ਨ ਤੋਂ ਨਾ ਦੇ ਕੇ ਬਲਕਿ ਦੂਸਰੇ ਪਾਸੇ ਜਿਹੜੇ ਦੂਜੇ ਵਿਦਿਆਰਥੀ ਸਨ ਉਹਨਾਂ ਨੂੰ ਯੋਗਤਾ ਦੇ ਆਧਾਰ 'ਤੇ ਉਹਨਾਂ ਨੂੰ ਐਡਮਿਸ਼ਨ ਦੇ ਦਿੱਤੀ ਗਈ। ਉਹਨਾਂ ਬੱਚਿਆਂ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਫਾਈਲ ਕੀਤੀ ਗਈ ਕਿ ਅਸੀਂ ਅਗਰ ਰੋਮਾਂ ਦੀ ਔਰ ਕੇਸਾਂ ਦੀ ਬੇਅਦਬੀ ਕੀਤੀ ਹੈ ਤਾਂ ਅਸੀਂ ਸਿੱਖ ਹਾਂ, ਫਿਰ ਵੀ ਅਸੀਂ ਸਿੱਖ ਹਾਂ। ਇੱਕ ਪਾਸੇ ਇਹ ਸੀ, ਦੂਸਰੇ ਪਾਸੇ ਪਰਮਜੀਤ ਸਿੰਘ ਰਾਣੂ ਦਾ ਕੇਸ ਸੀ। ਇਹਨਾਂ ਬੱਚਿਆਂ ਵੱਲੋਂ ਇੱਕ ਹੋਰ ਦਲੀਲ ਦਿੱਤੀ ਗਈ ਕਿ ਜੇਕਰ ਅਸੀਂ ਰੋਮਾਂ ਦੀ ਬੇਅਦਬੀ ਕੀਤੀ ਵੀ ਹੈ ਤਾਂ ਅਸੀਂ ਸਹਿਜਧਾਰੀ ਸਿੱਖ ਹਾਂ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਕੇਸ ਚੱਲਿਆ ਔਰ ਉਸ ਕੇਸ ਦੇ ਵਿੱਚ ਜੋ ਕਾਰਵਾਈ ਹੋਈ, ਜੋ ਕਾਰਵਾਈ ਚੱਲੀ,
ਉਹ ਇੱਕ ਇਤਿਹਾਸਕ ਕਾਰਵਾਈ ਕਹੀ ਜਾ ਸਕਦੀ ਹੈ। ਆਮ ਤੌਰ ਦੇ ਉੱਤੇ ਅਦਾਲਤਾਂ ਦੇ ਵਿੱਚ ਕਿਸੇ ਬਾਹਰਲੇ ਵਿਅਕਤੀ ਨੂੰ ਦਖਲ ਦੇਣ ਦੀ ਇਜਾਜ਼ਤ ਨਹੀਂ ਹੁੰਦੀ, ਪਰ ਇਹ ਅਤਕਥਨੀ ਨਹੀਂ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਉਹ ਕਾਰਵਾਈ, ਜਿਨ੍ਹਾਂ ਨੇ ਉਹ ਕਾਰਵਾਈ ਵੇਖੀ ਹੈ, ਉਹ ਇਸ ਤਰ੍ਹਾਂ ਲੱਗਦਾ ਸੀ ਇਹ ਜਿਵੇਂ ਕੋਈ ਕੋਰਟ ਦੀ ਅਦਾਲਤੀ ਕਾਰਵਾਈ ਨਾ ਹੋ ਕੇ ਜਿਵੇਂ ਕੋਈ ਪੰਥਕ ਜਲਸਾ ਹੋ ਰਿਹਾ ਹੋਏ। ਉਸ ਕੋਰਟ ਦੇ ਵਿੱਚ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਦਲੀਲਾਂ ਦਿੱਤੀਆਂ ਗਈਆਂ, ਜਿਸ ਢੰਗ ਦੇ ਨਾਲ ਇਤਿਹਾਸਕ ਦਸਤਾਵੇਜ਼ ਦਿੱਤੇ ਗਏ ਔਰ ਉਚੇਚੇ ਤੌਰ ਦੇ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਧੰਨਵਾਦ ਕੀਤਾ ਯੂਨੀਅਨ ਟੈਰੀਟਰੀ ਦੇ ਵਕੀਲ ਅਨੁਪਮ ਗੁਪਤਾ ਦਾ। ਸੀਨੀਅਰ ਕਾਉਂਸਲ ਅਨੁਪਮ ਗੁਪਤਾ ਨੇ 300 ਕਿਤਾਬਾਂ ਪੰਜਾਬ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀਆਂ। ਉਹਨਾਂ ਨੇ ਇੱਕ ਇੱਕ ਹਵਾਲੇ ਦੇ ਕੇ ਕੇਸਾਂ ਦੀ ਮਹੱਤਤਾ ਦੇ ਬਾਰੇ, ਕੇਸਾਂ ਦੀ ਅਹਿਮੀਅਤ ਕੀ ਹੈ ਸਿੱਖ ਇਤਿਹਾਸ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ, ਸਿੱਖ ਵਿਰਸੇ ਵਿੱਚ ਕੇਸਾਂ ਦੀ ਕੀ ਮਹੱਤਤਾ ਹੈ, ਉਹਨਾਂ ਨੇ ਉਹ 300 ਕਿਤਾਬਾਂ ਦੇ ਵਿੱਚੋਂ ਹਵਾਲੇ ਦਿੱਤੇ। ਸੀਨੀਅਰ ਵਕੀਲ ਸਿੱਬਲ ਸਾਹਿਬ ਨੇ, ਦੀਪਕ ਸਿੱਬਲ ਨੇ ਜਿਸ ਢੰਗ ਦੇ ਨਾਲ ਕੋਰਟ ਦੇ ਵਿੱਚ ਅਰਦਾਸ ਪੜ੍ਹ ਕੇ ਪੂਰੀ ਸੁਣਾਈ ਔਰ ਕਿਸ ਢੰਗ ਨਾਲ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇ ਦੀ ਗੱਲ ਕੀਤੀ ਕਿ ਇਹਨਾਂ ਕੇਸਾਂ ਦੀ ਖਾਤਰ ਕਿਸ ਤਰ੍ਹਾਂ ਸ਼ਹਾਦਤਾਂ ਹੋਈਆਂ, ਤਾਂ ਪੂਰਾ ਮਾਹੌਲ ਹੀ ਭਾਵਕ ਹੋ ਗਿਆ, ਉਹ ਪੂਰੇ ਦਾ ਪੂਰਾ ਵਾਤਾਵਰਣ ਹੀ ਭਾਵਕ ਹੋ ਗਿਆ। ਉਹਨਾਂ ਮਾਨਯੋਗ ਜੱਜਸ ਨੇ ਕਿਹਾ, ਆਮ ਤੌਰ ਦੇ ਉੱਤੇ ਅਸੀਂ ਕਿਸੇ ਨੂੰ ਬਾਹਰਲੇ ਵਿਅਕਤੀ ਨੂੰ ਇਜਾਜ਼ਤ ਨਹੀਂ ਦਿੰਦੇ, ਪਰ ਅਸੀਂ ਅੱਜ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਕੋਈ ਵੀ ਵਿਅਕਤੀ ਸਾਨੂੰ ਈਮੇਲ ਕਰ ਸਕਦਾ ਹੈ, ਕੋਈ ਵੀ ਵਿਅਕਤੀ ਸਾਨੂੰ ਜੋ ਮਰਜ਼ੀ ਇੱਥੇ ਅਦਾਲਤ ਵਿੱਚ ਆ ਕੇ ਜੋ ਕਹਿਣਾ ਚਾਹੇ ਉਹ ਕਹਿ ਸਕਦਾ ਹੈ ਔਰ ਇਸ ਦੇ ਬਾਰੇ ਉਹ ਆਪਣੀ ਗੱਲ ਰੱਖ ਸਕਦਾ ਹੈ। ਇਹ ਕਾਰਵਾਈ ਕਿਸ ਤਰ੍ਹਾਂ ਚੱਲੀ, ਕਿਵੇਂ ਹੋਇਆ, ਇਸ ਦੇ ਬਾਰੇ ਆਪ ਨੂੰ ਥੋੜ੍ਹੇ ਵਿਸਥਾਰ ਨਾਲ ਦੱਸਾਂਗੇ ਔਰ ਕੋਸ਼ਿਸ਼ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ, ਜੋ ਇਸ ਸਾਰੇ ਕੇਸ ਦੇ ਨਾਲ ਪੂਰੀ ਤਰ੍ਹਾਂ ਜੁੜੇ ਰਹੇ, ਉਹਨਾਂ ਦਾ ਆਪਣਾ ਐਕਸਪੀਰੀਅੰਸ ਕੀ ਸੀ, ਉਸ ਦੇ ਬਾਰੇ ਕੋਸ਼ਿਸ਼ ਕਰਾਂਗੇ ਉਹ ਤੁਹਾਡੇ ਰੂਬਰੂ ਹੋਣ, ਅਸੀਂ ਉਹਨਾਂ ਨੂੰ ਲਾਈਨ ਦੇ ਉੱਤੇ ਲੈ ਸਕੀਏ। ਹੁਣ ਇੱਕ ਛੋਟਾ ਜਿਹਾ ਬ੍ਰੇਕ ਹੈ, ਉਸ ਦੇ ਬਾਅਦ ਅਸੀਂ ਆਪਣੀ ਕਾਰਵਾਈ ਨੂੰ ਆਪ ਦੇ ਫਿਰ ਰੂਬਰੂ ਹੋਵਾਂਗੇ। ਸੋ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਸਾਡੇ ਨਾਲ ਇਸ ਵੇਲੇ ਲਾਈਨ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚੇ ਅਹੁਦੇ ਜਨਰਲ ਸੈਕਟਰੀ ਦੇ ਅਹੁਦੇ 'ਤੇ ਰਹਿ ਚੁੱਕੇ ਹਨ ਔਰ ਜਿਨ੍ਹਾਂ ਦਾ ਪਿਛੋਕੜ ਮਾਸਟਰ ਤਾਰਾ ਸਿੰਘ ਜੀ ਦੀ ਦੋਹਤਰੀ ਦੇ ਰੂਪ ਵਿੱਚ ਵੀ ਜਾਣ ਪਛਾਣ ਔਰ ਨਾਲ ਹੀ ਸੰਤ ਸਪਾਈ ਦੇ ਐਡੀਟਰ ਵੀ ਰਹਿ ਚੁੱਕੇ ਹਨ। ਸਾਨੂੰ ਬਹੁਤ ਖੁਸ਼ੀ ਹੈ ਕਿ ਜਸ ਪੰਜਾਬੀ ਦੇ ਦਰਸ਼ਕਾਂ ਦੇ ਰੂਬਰੂ ਹਨ। ਕਿਰਨਜੋਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜਿਹੜਾ ਮਸਲਾ, ਜਿਹੜਾ ਇਸ਼ੂ, ਇਤਿਹਾਸਕ ਫੈਸਲਾ 2009 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 1930, 1940, 1950, 1959 ਔਰ ਕਈ ਵਾਰ ਇਹਨਾਂ ਦੀ ਮੰਗ ਹੁੰਦੀ ਰਹੀ ਕਿ ਇਹ ਬਾਅਦ ਵਿੱਚ ਜੋ ਸਹਿਜਧਾਰੀ ਦਾ ਲਫਜ਼ ਜੋ ਇਨਕਾਰਪੋਰੇਟ ਕੀਤਾ ਗਿਆ ਸਿੱਖ ਗੁਰਦੁਆਰਾ ਐਕਟ ਵਿੱਚ, ਇਸ ਨੂੰ ਪਿਛਲੀ ਸਰਕਾਰ ਨੇ ਉਹਨੂੰ ਡਿਲੀਟ ਕਰ ਦਿੱਤਾ ਔਰ ਸਹਿਜਧਾਰੀ ਦੀ ਮੱਦ ਹਟਾ ਦਿੱਤੀ ਗਈ। ਪਰਮਜੀਤ ਸਿੰਘ ਰਾਣੂ, ਜੋ ਕਿ ਇੱਕ ਸਿੱਖ ਪਰਿਵਾਰ 'ਚੋਂ ਹਨ,
ਔਰ ਜਿਨ੍ਹਾਂ ਨੂੰ ਜੋ ਕਿ ਆਪਣੇ ਆਪ ਨੂੰ ਸਹਿਜਧਾਰੀ ਅਖਵਾਉਂਦੇ ਸਨ, ਇਸ ਕੇਸ ਨੂੰ ਜੋ ਮੈਡੀਕਲ ਕਾਲਜ ਦੇ ਬੱਚਿਆਂ ਦਾ ਕੇਸ ਸੀ, ਗੁਰਲੀਨ ਕੌਰ ਐਂਡ ਅਦਰਸ ਵਰਸਸ ਗੁਰਲੀਨ ਸਿੰਘ ਐਂਡ ਅਦਰਸ, ਉਹਦੇ ਨਾਲ ਜਦੋਂ ਇਹਨੂੰ ਕਲੱਬ ਕੀਤਾ ਗਿਆ ਤਾਂ ਇਸ ਦੇ 'ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜੋ ਲਫਜ਼ ਸਨ, ਕਿਉਂਕਿ ਕਾਨੂੰਨੀ ਲਫਜ਼ ਹੈ, ਇਸ ਕਰਕੇ ਮੈਂ ਉਹ ਪੜ੍ਹਨਾ ਚਾਹਾਂਗਾ ਤਾਂ ਕਿ ਉਹਦੇ ਵਿੱਚ ਕੋਈ ਗਲਤੀ ਨਾ ਹੋਏ। ਤਾਂ ਉਹਦੇ ਵਿੱਚ ਉਹਨਾਂ ਨੇ ਜੋ ਲਫਜ਼ ਪੁੱਛਿਆ ਕਿ 29 ਸਤੰਬਰ 2008 ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਇੱਕ ਹਲਫਨਾਮਾ ਦਾਖਲ ਕਰਨ ਕਿ ਕੀ ਜੋ ਵਿਅਕਤੀ ਆਪਣੇ ਕੱਟਸ ਇਜ ਬੀਅਰਡ ਔਰ ਟ੍ਰਿਮਸ ਇਜ ਹੇਅਰ, ਉਹ ਆਪਣੇ ਆਪ ਨੂੰ ਸਹਿਜਧਾਰੀ ਅਖਵਾ ਸਕਦਾ ਹੈ ਜਾਂ ਨਹੀਂ ਅਖਵਾ ਸਕਦਾ। ਤਾਂ ਇਹ ਸਵਾਲ ਸੀ, ਔਰ ਇਸ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਇੱਕ ਹਲਫਨਾਮਾ ਦਾਖਲ ਕੀਤਾ, ਪਰ ਉਸ ਨੂੰ ਮੁੜ ਦੁਬਾਰਾ ਹਲਫਨਾਮਾ ਦਾਖਲ ਕਰਨਾ ਪਿਆ। ਥੋੜ੍ਹਾ ਜਿਹਾ ਉਸ ਦੇ ਬਾਰੇ ਦੱਸੋਗੇ, ਕਿਉਂਕਿ ਤੁਸੀਂ ਵੀ ਉਸ ਕਮੇਟੀ 'ਚ ਸੀ, ਹਾਲਾਂਕਿ ਮੈਂ ਵੀ ਉਸ ਕਮੇਟੀ ਵਿੱਚ ਸੀ, ਪਰ ਜੇ ਤੁਸੀਂ ਅਗਰ ਇਸ ਦੇ ਬਾਰੇ ਦੱਸ ਸਕੋ ਕਿ ਪਹਿਲੇ ਹਲਫਨਾਮੇ ਵਿੱਚ ਕੀ ਦਿੱਕਤ ਹੋ ਗਈ ਅਤੇ ਦੁਬਾਰਾ ਕਿਉਂ ਦੇਣਾ ਪਿਆ, ਔਰ ਇਹ ਕਿਉਂ ਕਨਫਿਊਜ਼ਨ ਸਾਰਾ ਅਰਾਈਜ਼ ਹੋਇਆ? ਵਿਚਾਰ ਰਹੇ ਸੀ ਜੀ ਕਿ ਹਾਈ ਕੋਰਟ ਨੇ ਜਿਹੜਾ ਸਵਾਲ ਪੁੱਛਿਆ ਕਿ ਜਿਹਨੇ ਆਪਣੇ ਕੇਸ ਦਾੜੀ ਕੱਟੇ ਹੋਣ, ਹਾਂਜੀ, ਜੋ ਸਹਿਜਧਾਰੀ ਅਖਵਾ ਸਕਦਾ ਹੈ, ਹਾਂਜੀ, ਇਹਦੇ ਵਿੱਚ ਜਿੰਨੇ ਵੀ ਉਸ ਮੀਟਿੰਗ ਦੇ ਵਿੱਚ ਵਿਦਵਾਨ ਸੀ ਜੀ, ਇੱਕ ਦੋ ਨੂੰ ਛੱਡ ਕੇ ਜੀ, ਉਹ ਸਾਰੇ ਇਸ ਇਸ਼ੂ ਉੱਪਰ ਸਹਿਮਤ ਸਨ ਜੀ ਕਿ ਜਿਹੜਾ ਕੇਸਾਂ ਦੀ ਬੇਅਦਬੀ ਕਰੇ ਉਹ ਪਤਾ ਸਹਿਜਧਾਰੀ ਨਹੀਂ ਹੁੰਦਾ ਜੀ ਜੀ, ਤੇ ਕਿਉਂਕਿ ਇਹ ਮੁੱਦਾ ਮੈਡੀਕਲ ਕਾਲਜ ਦੇ ਵਿੱਚ ਐਡਮਿਸ਼ਨ ਨਾਲ ਸੰਬੰਧਿਤ ਸੀ, ਤਾਂ ਸਾਨੂੰ ਥੋੜਾ ਜਿਹਾ ਉਸ ਨਜ਼ਰੀਏ ਤੋਂ ਵੀ ਦੇਖਣਾ ਪਏਗਾ, ਹਾਂਜੀ, ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਦੇ ਵਿੱਚ ਗੁਰੂ ਰਾਮਦਾਸ ਮੈਡੀਕਲ ਕਾਲਜ ਬਣਾਇਆ ਜੀ, ਉਹਦੇ ਵਿੱਚ ਅੱਧੀਆਂ ਸੀਟਾਂ ਭਾਵ 50% ਸਿੱਖ ਬੱਚਿਆਂ ਵਾਸਤੇ ਰੱਖੀਆਂ ਹਨ ਜੀ ਜੀ, ਤੇ ਉਹ 50% ਕਿਹੜੇ ਸਿੱਖ ਬੱਚੇ ਹਨ ਜਿਹੜੇ ਇਹਨਾਂ ਸੀਟਾਂ ਲਈ ਕੁਆਲੀਫਾਈ ਕਰਦੇ ਹਨ ਜੀ, ਉਹ ਅੱਗੇ ਲਿਖਿਆ ਗਿਆ ਹੈ ਜਿਹੜੇ ਕਿ ਸਿੱਖ ਦੀ ਪਰਿਭਾਸ਼ਾ ਜਿਹਦੇ ਵਿੱਚ 10 ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਤੇ ਪੂਰਨ ਵਿਸ਼ਵਾਸ ਜੀ, ਅਤੇ ਕਿਸੇ ਹੋਰ ਅੰਮ੍ਰਿਤ ਉੱਪਰ ਨਿਸ਼ਚਾ ਅਤੇ ਕਿਸੇ ਹੋਰ ਧਰਮ ਨੂੰ ਨਾ ਮੰਨਣ ਵਾਲੇ ਨੂੰ ਸਿੱਖ ਮੰਨਿਆ ਗਿਆ, ਔਰ ਹਰ ਬੱਚੇ ਨੂੰ ਕਿਹਾ ਗਿਆ ਕਿ ਇਹ ਇੱਕ ਐਫੀਡੇਵਿਟ ਦੇਵੇ ਕਿ ਇੱਕ ਤਾਂ ਉਹ ਇਸ ਸਿੱਖ ਦੀ ਪਰਿਭਾਸ਼ਾ ਉੱਪਰ ਉਤਸਤ ਹੈ, ਦੂਸਰਾ ਉਹ ਪਤਤ ਨਹੀਂ ਹੈ, ਕੇਸਾਂ ਦੀ ਬੇਅਦਬੀ ਨਹੀਂ ਕਰਦਾ। ਹੁਣ ਅਵਲ ਤਾਂ ਇਹ ਜਿਹੜਾ ਇਸ਼ੂ ਹੈ ਇਹ ਹਾਈ ਕੋਰਟ ਵਿੱਚ ਲਿਜਾਣ ਦੀ ਲੋੜ ਹੀ ਨਹੀਂ ਸੀ, ਕਿਉਂਕਿ ਜਿਹੜਾ ਬੱਚਿਆਂ ਕੋਲੋਂ ਐਫੀਡੇਵਿਟ ਭਰਵਾਇਆ ਜਾਂਦਾ, ਜਦੋਂ ਗੁਰਵੀਨ ਕੌਰ ਦੇ ਕੇਸ ਵਿੱਚ ਉਹਨੇ ਆਪ ਹੀ ਉਸ ਐਫੀਡੇਵਿਟ ਨੂੰ ਝੂਠਾ ਸਾਬਤ ਕਰ ਦਿੱਤਾ, ਤੇ ਉਹਦੀ ਐਡਮਿਸ਼ਨ ਦਾ ਜਿਹੜਾ ਇਸ਼ੂ ਸੀ ਇੱਥੇ ਹੀ ਖਤਮ ਹੋ ਜਾਣਾ ਚਾਹੀਦਾ ਸੀ, ਪਰ ਕਿਉਂਕਿ ਇਹ ਮਾਮਲਾ ਕੋਰਟ ਦੇ ਵਿੱਚ ਚਲਾ ਗਿਆ ਤੇ ਫਿਰ ਹਾਈ ਕੋਰਟ ਨੇ ਇਹ ਸਵਾਲ ਪੁੱਛਿਆ ਸ਼੍ਰੋਮਣੀ ਕਮੇਟੀ ਤੋਂ ਕਿ ਕੇਸ ਕੱਟੇ ਦਾ ਲਿਆ ਗਿਆ ਕਿ ਪਤਤ ਔਰ ਸਹਿਜਧਾਰੀ ਦਾ, ਤੇ ਉਸ ਕੰਟੈਕਸਟ ਦੇ ਵਿੱਚ ਜੀ ਇਹ ਸਮਝਣਾ ਜ਼ਰੂਰੀ ਹੈ ਕਿ ਸਹਿਜਧਾਰੀ ਉਹ ਹੈ ਜਿਹਦੇ ਕੇਸ ਹੋਣ ਸਿੱਖ ਪਰਿਭਾਸ਼ਾ ਦੇ ਉੱਪਰ ਪੂਰਾ ਉਤਰਦਾ ਹੋਵੇ, ਪੁੱਠਾ ਨਾ ਖਾਂਦਾ ਹੋਵੇ, ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ, ਤੇ ਇਸ ਲਈ ਇਸ ਜਜਮੈਂਟ ਦੇ ਵਿੱਚ ਆਪਣੀ ਇਸ ਕਮੇਟੀ ਨੇ ਇਹੀ ਰਾਏ ਬਣਾ ਕੇ ਦਿੱਤੀ ਸੀ ਕਿ
ਸਿੱਖੀ ਡੈਫੀਨੇਸ਼ਨ ਜੋ ਪਰਸਪੈਕਟਿਵ ਵਿੱਚ ਲਿਖਿਆ ਹੋਇਆ ਸੀ ਜੀ ਉਸੇ ਦੀ ਹੀ ਪ੍ਰੋੜਤਾ ਕੀਤੀ ਸੀ। ਹਾਂਜੀ ਬਿਲਕੁਲ ਠੀਕ ਹੈ। ਸੋ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਇੱਕ ਕਿਸਮ ਨਾਲ ਸ਼ੁਰੂਆਤ ਤਾਂ ਅਸਲ ਵਿੱਚ ਉਹ ਜਿਹੜੀ ਸਹਿਜਧਾਰੀ ਨੂੰ ਉਸ ਵੋਟਰ ਦੇ ਲਿਸਟ ਵਿੱਚੋਂ ਕੱਢਣ ਕਰਕੇ ਡਾਕਟਰ ਪਰਮਜੀਤ ਸਿੰਘ ਰਾਣੂ ਦਾ ਕੇਸ ਹੋਇਆ, ਪਰ ਉਹ ਹਾਲਾਂ ਸਿੱਖ ਪਰਿਵਾਰ 'ਚੋਂ ਆਏ ਸਨ ਅਤੇ ਉਹ ਸਿੱਖ ਦੀ ਪਰਿਭਾਸ਼ਾ ਦੇ ਸਿੱਖ ਗੁਰਦੁਆਰਾ ਐਕਟ 'ਚ ਕਲੀਅਰਲੀ ਲਿਖਿਆ ਹੋਇਆ ਮੈਂਸ਼ਨਡ ਹੈ ਕਿ ਜੇ ਕੋਈ ਸਿੱਖ ਹੋ ਕੇ ਕੇਸਾਧਾਰੀ ਹੋ ਕੇ ਅਗਰ ਕੋਈ ਆਪਣੇ ਕੇਸ ਕਤਲ ਕਰਦਾ ਤਾਂ ਉਹ ਪਤਿਤ ਹੈ। ਸੋ ਹਾਈ ਕੋਰਟ ਦੇ ਉਸ ਆਦੇਸ਼ ਦੇ ਮੁਤਾਬਕ ਪਰਮਜੀਤ ਸਿੰਘ ਰਾਣੂ ਇੱਕ ਪਤਿਤ ਸਨ, ਨਾ ਕਿ ਉਹ ਸਹਿਜਧਾਰੀ ਸਨ। ਹਾਈ ਕੋਰਟ ਦੀ ਉਸ ਜੱਜਮੈਂਟ ਦੇ ਮੁਤਾਬਕ ਸਹਿਜਧਾਰੀ ਉਹ ਹੈ ਜਿਹੜਾ ਕਿ ਕਿਸੇ ਗੈਰ ਸਿੱਖ ਦੇ ਘਰ ਜਨਮ ਲੈ ਕੇ ਸਿੱਖੀ ਵੱਲ ਵੱਧਦਾ, ਪਰ ਉਹਦੇ ਲਈ ਵੀ ਕੇਸ ਜਿਸ ਦਿਨ ਉਹ ਸਹਿਜਧਾਰੀ ਬਣ ਜਾਂਦਾ ਉਸ ਦਿਨ ਤੋਂ ਬਾਅਦ ਉਹ ਕੇਸਾਂ ਦੀ ਬੇਦਬੀ ਨਹੀਂ ਕਰ ਸਕਦਾ, ਉਹ ਕੇਸਾਧਾਰੀ ਹੋਣਾ ਜ਼ਰੂਰੀ ਹੈ। ਫਰਕ ਸਿਰਫ ਇੰਨਾ ਸੀ ਕਿ ਸਿੱਖ ਦੇ ਘਰ ਜਨਮ ਲੈ ਕੇ ਅਗਰ ਕੇਸਾਂ ਦੀ ਬੇਦਬੀ ਕਰਦਾ ਤਾਂ ਉਹ ਪਤਿਤ ਹੈ, ਉਹ ਜਮਾਂਦਰੂ ਕੇਸ ਰੱਖੇ। ਹਾਈ ਕੋਰਟ ਨੇ ਆਪਣੀ ਜੱਜਮੈਂਟ ਦੇ ਵਿੱਚ ਹੋਰ ਵੀ ਕਈ ਕੁਛ ਲਿਖਿਆ ਕਿ ਇਹ ਭਾਵੇਂ ਬੈਕਵਰਡ ਲੱਗੇ, ਭਾਵੇਂ ਅਨਸਾਇੰਟੀਫਿਕ ਲੱਗੇ, ਪਰ ਧਰਮ ਦੇ ਮਾਮਲੇ ਦੇ ਵਿੱਚ ਐਸੀ ਕੋਈ ਦਲੀਲ ਨਹੀਂ ਚੱਲ ਸਕਦੀ। ਉਹ ਵਿਸ਼ਵਾਸ ਦੀ ਗੱਲ ਹੈ, ਉਹ ਵਿਸ਼ਵਾਸ ਦਾ ਹੈ। ਅਤੇ ਜਿਹੜਾ ਤੁਸੀਂ ਆਪਣੀ ਕਮੇਟੀ ਨੇ ਰਿਪੋਰਟ ਵੀ ਦਿੱਤੀ ਸੀ ਉਹ ਵੀ ਉਹਦੇ ਵਿੱਚ ਇਹ ਸੀ ਕਿ ਪੁਰਾਣੇ ਜਿਤਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤੇ ਸਨ ਉਹਨਾਂ ਦੇ ਉੱਤੇ ਹੀ ਆਧਾਰਿਤ ਕਰਕੇ ਅਤੇ ਉਹਨਾਂ ਨੇ ਉਹ ਦਿੱਤਾ ਕਿ ਸਿੱਖ ਲਈ ਸਹਿਜਧਾਰੀ ਲਈ ਕੇਸਾਧਾਰੀ ਹੋਣਾ ਜ਼ਰੂਰੀ ਹੈ। ਜੇਕਰ ਇਹ ਹੋ ਗਿਆ, ਅਗਰ ਸਹਿਜਧਾਰੀ ਲਈ ਜ਼ਰੂਰੀ ਹੈ ਫਿਰ ਤਾਂ ਦੂਸਰੇ ਕਿਸੇ ਸਿੱਖ ਲਈ ਤਾਂ ਉਹ ਪ੍ਰਸ਼ਨ ਹੀ ਜਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਅਤੇ ਇਹ ਜਿਹੜੀ ਜੱਜਮੈਂਟ ਹੁਣ ਆ ਗਈ ਹੈ ਇਸ ਦੇ ਉੱਤੇ ਸਰਕਾਰ ਨੇ ਵੀ ਉਸਨੂੰ ਮੰਨ ਲਿਆ ਹੈ ਔਰ ਇੱਕ ਕਿਸਮ ਦੀ ਫਾਈਨਲ ਜੱਜਮੈਂਟ ਹੈ ਕਿ ਇੱਕ ਕਿਸਮ ਦਾ ਇਹ ਇੱਕ ਸਿੱਕੇਬੰਦ ਮੋਹਰ ਲੱਗ ਚੁੱਕੀ ਹੈ ਕਿ ਸਿੱਖ ਲਈ ਭਾਵੇਂ ਉਹ ਸਹਿਜਧਾਰੀ ਹੈ, ਭਾਵੇਂ ਉਹ ਸਧਾਰਨ ਸਿੱਖ ਹੈ, ਸਿੱਖ ਦੇ ਘਰ ਜਨਮ ਲੈਣ ਵਾਲਾ ਹੈ, ਉਹ ਬਿਨਾਂ ਕੇਸਾਂ ਵਾਲਾ ਸਿੱਖ ਨਹੀਂ ਅਖਵਾ ਸਕਦਾ। ਇਸ ਦਾ ਤੁਸੀਂ ਧਾਰਮਿਕ ਤੌਰ ਦੇ ਉੱਤੇ ਕੀ ਇੰਪਲੀਕੇਸ਼ਨ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਇਹਦਾ ਕੀ ਅਸਰ ਪਵੇਗਾ? ਜਿਹੜੀ ਸਹਿਜਧਾਰੀ ਦੀ ਡੈਫੀਨੇਸ਼ਨ ਸਾਡੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਬਹੁਤੀ ਅਹਿਮੀਅਤ ਨਹੀਂ ਰੱਖਦੀ ਕਿਉਂਕਿ ਇਹ ਇੱਕ ਸਿੱਖ ਦੀ ਫੇਥ ਦਾ ਸਵਾਲ ਹੈ ਕਿ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਦੇਖ ਰਿਹਾ। ਜੇ ਕਿਸੇ ਨੇ ਦਾੜੀ ਕੇਸ ਕੱਟੇ ਹੋਏ ਕਹਿੰਦਾ ਮੈਂ ਸਿੱਖ ਹਾਂ, ਤੇ ਅਸੀਂ ਉਹਦੀ ਫੇਥ ਨੂੰ ਚੈਲੰਜ ਨਹੀਂ ਕਰ ਸਕਦੇ। ਅਸੀਂ ਉਹਦੀ ਮੂੰਹ ਤੇ ਇਹ ਨਹੀਂ ਕਹਿ ਸਕਦੇ ਤੂੰ ਸਿੱਖ ਨਹੀਂ ਹੈਗਾ। ਜੀ ਜੀ, ਜੇ ਕੋਈ ਕਲੀਨ ਸ਼ੇਵਨ ਕਹਿੰਦਾ ਜੀ ਮੈਂ ਸਿੱਖ ਹੈਗਾ, ਕੋਈ ਇਤਰਾਜ਼ ਨਹੀਂ ਅਗਰ ਉਹ ਆਪਣੇ ਆਪ ਨੂੰ ਸਿੱਖ ਕਹਿੰਦਾ। ਪਰ ਜਦੋਂ ਜਦੋਂ ਇਹ ਡੈਫੀਨੇਸ਼ਨ ਮੈਟਰ ਕਰਦੀ ਹੈ ਉਹ ਉਦੋਂ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੁੰਦੀ ਹੈ। ਜੀ, ਮੈਂ ਤੁਹਾਨੂੰ ਦੱਸਿਆ ਜਦੋਂ 1996 ਦੇ ਵਿੱਚ ਪਹਿਲੀ ਵਾਰ ਮੈਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜੀ ਸੀ ਉਸ ਵਕਤ ਫਾਰਮ ਬੰਦੇ ਹੁੰਦੇ ਸੀ, ਇੱਕ ਸਹਿਜਧਾਰੀ ਸਿੱਖ ਵਾਸਤੇ ਇੱਕ ਕੇਸਾਧਾਰੀ ਸਿੱਖ ਵਾਸਤੇ। ਹਾਂਜੀ, ਉਹਦੇ ਵਿੱਚ ਹਮੇਸ਼ਾ ਇਹ ਕਨਫਿਊਜ਼ਨ ਰਹਿੰਦੀ ਸੀ ਕਿ ਇਹ ਸਹਿਜਧਾਰੀ ਸਿੱਖ ਕੌਣ ਹੈ। ਹਾਂਜੀ, ਔਰ ਉਸ ਇਲੈਕਸ਼ਨ ਦੇ ਵਿੱਚ ਅਸੀਂ ਉਹਨਾਂ ਘਰਾਂ ਦੇ ਵਿੱਚ ਵੀ ਗਏ ਆ ਇਲੈਕਸ਼ਨ ਕੰਪੇਨਿੰਗ ਲਈ ਜਿਨ੍ਹਾਂ ਦੇ ਘਰਾਂ ਦੇ ਵਿੱਚ ਮੂਰਤੀਆਂ ਪਈਆਂ ਹੋਈਆਂ ਸੀ ਤੇ ਕਿਸੇ ਜਗ੍ਹਾ ਤਾਂ ਬੰਦੇ ਬਹਿ ਕੇ ਬੀੜੀਆਂ ਪੀਂਦੇ ਪਏ ਸੀ। ਹਾਂਜੀ ਹਾਂਜੀ, ਕਹਿੰਦ ਭਾਵ ਕਿ ਕਈ ਗੈਰ ਸਿੱਖਾਂ ਨੇ ਇਸ ਇੱਕ ਕਲੋਜ਼ ਦੇ ਅਧੀਨ ਗੁਰਦੁਆਰਾ ਵੋਟਰ ਬਣ ਕੇ ਇਸ ਨੂੰ ਮਿਸਯੂਜ਼ ਕੀਤਾ। ਜੀ 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 ਜੀ, ਕੀ ਹੋਣਾ ਚਾਹੀਦਾ, ਇਹਨੂੰ ਬੰਦ ਕਰਨਾ ਚਾਹੀਦਾ।
ਇਸ ਲਈ ਹਾਊਸ ਦੇ ਵਿੱਚ ਵੀ ਬਾਕੀ ਵੀ ਮੈਂਬਰ ਜੀ ਉਸਨੇ ਇਹ ਮਤਾ ਪਾਸ ਕੀਤਾ ਕਿ ਘੱਟੋ ਘੱਟ ਜਿਹੜਾ ਗੁਰਦੁਆਰੇ ਦਾ ਵੋਟਰ ਹੈ ਉਹਦੀ ਮਿਨੀਮਮ ਕੁਆਲੀਫਿਕੇਸ਼ਨ ਚਾਹੀਦੀ ਹੈ, ਹਾਂਜੀ, ਪਰ ਉਹ ਮਿਨੀਮਮ ਉਹਦੀ ਕੁਆਲੀਫਿਕੇਸ਼ਨ ਇਹ ਹੈ ਕਿ ਉਹ ਘੱਟੋ ਘੱਟ ਜੇ ਆਪਣੇ ਆਪ ਨੂੰ ਸਿੱਖ ਕਹਿੰਦਾ ਹੈ ਤਾਂ ਸਿੱਖੀ ਸਰੂਪ ਹੀ ਰੱਖਿਆ ਹੋਵੇ। ਜੀ ਸਿੱਖ ਸਿਰਫ ਕਹਿਣ ਤੇ ਅਸੀਂ ਨਹੀਂ ਮੰਨਾਂਗੇ ਕਿ ਤੂੰ ਸਿੱਖ ਹੈ, ਉਹਦੇ ਚਿਹਰੇ ਤੋਂ ਦਿਸਣਾ ਚਾਹੀਦਾ ਉਹ ਸਿੱਖ ਹੈ। ਜੀ ਬਿਲਕੁਲ, ਇਹਦੇ ਵਿੱਚ ਜਿਹੜੀ ਇੱਕ ਤੁਸੀਂ ਗੱਲ ਕਰ ਰਹੇ ਹੋ ਕਿ ਉਸ ਨੂੰ ਅਸੀਂ ਸਿੱਖ ਹੀ ਕਵਾਂਗੇ, ਪਰ ਹਾਈ ਕੋਰਟ ਨੇ ਤਾਂ ਅੱਗੇ ਜਾ ਕੇ ਕਿਹਾ ਹੈ ਕਿ ਜੇ ਕੋਈ ਕੇਸਾਤਾਰੀ ਹੋ ਕੇ ਅਗਰ ਕੇਸ ਘਟਾਉਂਦਾ ਤਾਂ ਉਹ ਸਿੱਖ ਹੀ ਨਹੀਂ ਬਲਕਿ ਉਹਨੂੰ ਇੱਕ ਐਡੀਸ਼ਨਲ ਕੁਆਲੀਫਿਕੇਸ਼ਨ ਦੀ ਗੱਲ ਹੈ, ਉਹ ਪਤਿਤ ਸਿੱਖ ਹੈ। ਹਾਂਜੀ, ਇਹ ਸਿੱਖ ਨਹੀਂ ਬਲਕਿ ਉਹ ਪਤਿਤ ਸਿੱਖ ਹੈ, ਇੱਕ ਕਿਸਮ ਦੀ ਐਡੀਸ਼ਨਲ ਕੁਆਲੀਫਿਕੇਸ਼ਨ ਦੀ ਗੱਲ ਕਰ ਰਿਹਾ। ਔਰ ਜਿਹੜੀ ਹਾਈ ਕੋਰਟ ਨੇ ਜਿਹੜੀ ਜੱਜਮੈਂਟ ਹੈ, ਆਪਰੇਟਿਵ ਜੱਜਮੈਂਟ ਹੈ, ਉਹ ਮੈਂ ਜ਼ਰੂਰ ਦੱਸਣੀ ਚਾਹਾਂਗਾ ਕਿਉਂਕਿ ਇਹ ਰਿਕਾਰਡ ਵਿੱਚ ਹੈ। ਉਹਨਾਂ ਨੇ ਕਿਹਾ ਹੈਵਿੰਗ ਡੈਲਟ, ਜਿਹੜੀ ਇਹ ਜੱਜਮੈਂਟ ਹੈ ਤਿੰਨ ਫੁੱਲ ਬੈਂਚ ਦੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ, ਜਸਟਿਸ ਜੇ ਐਸ ਖੇਹਰ, ਜਸਟਿਸ ਜਸਬੀਰ ਸਿੰਘ ਐਂਡ ਜਸਟਿਸ ਅਜੇ ਕੁਮਾਰ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੈਵਿੰਗ ਡੈਲਟ ਵਿਦ ਦਾ ਹਿਸਟੋਰੀਕਲ ਬੈਕਗਰਾਊਂਡ ਆਫ ਸਿੱਖ ਰਿਲੀਜਨ, ਲੈਜਿਸਲੇਟਿਵ ਇਨੈਕਟਮੈਂਟਸ ਇਨਵੋਲਵਿੰਗ ਦਾ ਸਿੱਖ ਰਿਲੀਜਨ, ਦਾ ਸਿੱਖ ਰਹਿਤ ਮਰਿਆਦਾ, ਦਾ ਸਿੱਖ ਅਰਦਾਸ ਐਂਡ ਵਿਊਜ਼ ਐਕਸਪ੍ਰੈਸਡ ਬਾਏ ਸਕਾਲਰਸ ਆਫ ਸਿੱਖਇਜ਼ਮ, ਵੀ ਆਰ ਸੈਟਿਸਫਾਈਡ ਦੈਟ ਦੇ ਆਲ ਲੀਡ ਟੂ ਵਨ ਅਨਐਮਬੀਗੂਅਸ ਆਂਸਰ, ਨੇਮਲੀ ਦੈਟ ਮੇਨਟੇਨਿੰਗ ਹੇਅਰ ਅਨਸ਼ੋਰਨ ਇਜ਼ ਐਨ ਅਸੈਂਸ਼ੀਅਲ ਕੰਪੋਨੈਂਟ ਆਫ ਦਾ ਸਿੱਖ ਰਿਲੀਜਨ, ਇਨ ਫੈਕਟ ਮੇਨਟੇਨਿੰਗ ਹੇਅਰ ਅਨਸ਼ੋਰਨ ਕੈਨ ਬੀ ਟ੍ਰੀਟਡ ਟੂ ਬੀ ਪਾਰਟ ਆਫ ਦਾ ਰਿਲੀਜੀਅਸ ਕਨਸੈਸ਼ਨ ਆਫ ਦਾ ਸਿੱਖ ਫੇਥ। ਬਲਕਿ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਪਰਿਭਾਸ਼ਾ ਸਿੱਖ ਦੀ ਨਹੀਂ ਦੇ ਸਕਦੇ, ਪਰਿਭਾਸ਼ਾ ਦੇਣਾ ਸਾਡਾ ਕੰਮ ਨਹੀਂ ਹੈ, ਇਹ ਅਸੀਂ ਤਾਂ ਸਿਰਫ ਇਹ ਦੱਸ ਰਹੇ ਹਾਂ ਕਿ ਸਿੱਖ ਧਰਮ ਦੇ ਮੁਤਾਬਕ ਇਹ ਹੈ, ਅਸੀਂ ਉਸਨੂੰ ਇਹ ਸਿੱਕੇ ਬੰਦ ਕਰ ਰਹੇ ਹਾਂ, ਅਸੀਂ ਉਸਨੂੰ ਕੋਡੀਫਾਈ ਕਰ ਰਹੇ ਹਾਂ। ਤਾਂ ਪਰ ਇਹ ਜਿਹੜਾ ਆਮ ਭੁਲੇਖਾ ਪਾ ਦਿੱਤਾ ਗਿਆ ਕਿ ਸਿੱਖ ਦੀ ਪਰਿਭਾਸ਼ਾ ਦਿੱਤੀ ਗਈ, ਇਹ ਕਿਉਂ ਗੱਲ ਉਭਰੀ ਹੈ? ਸਿੱਖ ਦੀ ਪਰਿਭਾਸ਼ਾ ਦੀ ਤਾਂ ਇਹਦੇ ਵਿੱਚ ਇਸ਼ੂ ਹੀ ਨਹੀਂ ਹੈ ਜੀ। ਜੀ ਪਰ ਬਹੁਤ ਜ਼ਿਆਦਾ ਆਮ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਕਿ ਇਹ ਸਿੱਖ ਦੀ ਪਰਿਭਾਸ਼ਾ ਕੋਰਟ ਦੇ ਰਹੀ ਹੈ, ਉਹਨਾਂ ਨੂੰ ਕੀ ਅਧਿਕਾਰ ਹੈ ਕਿ ਸਿੱਖ ਦੀ ਪਰਿਭਾਸ਼ਾ, ਇਹ ਜਿਹੜਾ ਭੁਲੇਖਾ ਪਾਇਆ ਗਿਆ ਬਹੁਤ ਵੱਡੀ ਤੌਰ ਦੇ ਉੱਤੇ, ਇਸ ਨੂੰ ਦੂਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੀ ਕੋਈ ਉਪਰਾਲਾ ਕੀਤਾ? ਇਸ ਕੇਸ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਜੋ ਸਟੈਂਡ ਲਿਆ ਉਸ ਤੋਂ ਬਾਅਦ ਜਦੋਂ ਫੈਸਲਾ ਆ ਗਿਆ ਕਿ ਵੀ ਸਹਿਜਧਾਰੀ ਦੀ ਡੈਫੀਨੇਸ਼ਨ ਕਲੀਅਰ ਹੋ ਗਈ ਜਿਹਨੇ ਆਪਣੇ ਕੇਸ ਰੱਖੇ ਹੋਣ ਜੀ, ਤੇ ਉਸ ਤੋਂ ਬਾਅਦ ਤਾਂ ਕੋਈ ਭੁਲੇਖੇ ਵਾਲੀ ਗੱਲ ਰਹਿ ਨਹੀਂ ਜਾਂਦੀ ਹੈਗੀ, ਸਾਰੇ ਇਸ਼ੂਜ਼ ਤਾਂ ਕਲੀਅਰ ਹੋ ਜਾਂਦੇ ਨੇ ਜੀ। ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਤੇ ਆਪ ਨੂੰ ਬੇਨਤੀ ਹੈ ਕਿ ਆਪ ਲਾਈਨ ਤੇ ਰਹਿਣਾ ਤਾਂ ਕਿ ਅਸੀਂ ਦਰਸ਼ਕਾਂ ਨਾਲ ਵੀ ਗੱਲ ਕਰ ਸਕੀਏ। ਛੋਟਾ ਜਿਹਾ ਬ੍ਰੇਕ। ਸੋ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮੁੜ ਇੱਕ ਵਾਰ ਨਿੱਘਾ ਸਵਾਗਤ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜੋ 30 ਮਈ 2009 ਨੂੰ ਜੋ ਇਤਿਹਾਸਕ ਇੱਕ ਜੱਜਮੈਂਟ ਦਿੱਤੀ ਗਈ, ਫੁੱਲ ਬੈਂਚ ਦੀ ਜੱਜਮੈਂਟ ਸੀ, ਜਿਸ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਸਹਿਜਧਾਰੀ ਦੇ ਲਈ ਵੀ ਸਾਬਤ ਸੂਰਤ ਹੋਣਾ ਔਰ ਕੇਸਾਤਾਰੀ ਹੋਣਾ ਜ਼ਰੂਰੀ ਹੈ, ਜੋ ਕੇਸਾਤਾਰੀ ਨਹੀਂ ਹੈ ਉਹ ਸਹਿਜਧਾਰੀ ਵੀ ਨਹੀਂ ਅਖਵਾ ਸਕਦਾ, ਜੋ ਉਸਦੇ ਲਈ ਵੀ ਇਹ ਸ਼ਰਤ ਲਾਜ਼ਮੀ ਸੀ। ਇਸ ਜੱਜਮੈਂਟ ਦੀ ਇੰਪਲੀਕੇਸ਼ਨਸ 'ਤੇ ਕਰਦਿਆਂ ਉਹਨਾਂ ਨੇ ਹੋਰ ਵੀ ਕਈ ਆਪਣੀਆਂ ਟਿੱਪਣੀਆਂ ਕੀਤੀਆਂ। ਉਹਨਾਂ ਨੇ ਕਿਹਾ ਕਿ ਧਰਮ ਦੇ ਮਾਮਲੇ ਵਿੱਚ ਇਹ ਨਹੀਂ ਹੋ ਸਕਦਾ ਕਿ ਤੁਸੀਂ ਕਿਹੋ ਜਿਹਾ ਦਿਸਣਾ ਚਾਹੁੰਦੇ ਹੋ ਜਾਂ ਤੁਸੀਂ ਇਸ ਦੇ ਵਿੱਚ ਕਿਹੋ ਜਿਹੀ ਤਬਦੀਲੀ ਚਾਹੁੰਦੇ ਹੋ। ਇਹਦੇ ਵਿੱਚ ਮਾਡਰਨਾਈਜੇਸ਼ਨ ਜਾਂ ਸਾਇੰਟਿਫਿਕ ਦੀ ਵੀ ਗੱਲ ਨਹੀਂ, ਉਹ ਧਰਮ ਦੇ ਬੁਨਿਆਦ ਹਨ, ਉਹਨਾਂ ਨੂੰ ਕੋਈ ਨਹੀਂ ਹਿਲਾ ਸਕਦਾ। ਤੀਸਰੀ ਚੀਜ਼ ਉਹਨਾਂ ਨੇ ਕਹੀ
ਕਿ ਇਹ ਧਰਮ ਦਾ ਮਾਮਲਾ ਕਿਸੇ ਖਿੱਤੇ 'ਤੇ ਨਹੀਂ ਹੈ। ਸਿੱਖ ਅਗਰ ਭਾਵੇਂ ਹਿੰਦੁਸਤਾਨ ਦੇ ਵਿੱਚ ਹੈ ਜਾਂ ਕਿਸੇ ਫੋਰਨਰ ਹੈ, ਸਾਰਿਆਂ ਦੇ ਉੱਤੇ ਸ਼ਰਤ ਲਾਗੂ ਹੈ। ਇਹ ਮੁਲਕ ਦੀ ਤਬਦੀਲੀ ਨਾਲ ਇਸ ਸ਼ਰਤ ਵਿੱਚ ਕੋਈ ਛੋਟ ਨਹੀਂ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਹੋਰ ਬਹੁਤ ਅਹਿਮ, ਉਹਨਾਂ ਨੇ ਉਹ ਜਿਹੜੀ ਮਤ ਸੀ ਕਿ ਕੇਸ ਜਮਾਂਦਰੂ ਰੱਖੇ, ਬੱਚੇ ਦੇ ਜਨਮ ਤੋਂ ਜੋ ਕੇਸ ਹੋਣ ਉਹਨਾਂ ਨੂੰ ਰੱਖਿਆ ਜਾਏ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਫੁੱਲ ਬੈਂਚ ਨੇ ਇਹ ਵੀ ਕਿਹਾ ਕਿ ਜੋ ਕੇਸ ਹਨ, ਇਹ ਸ਼ਰਤ, ਕੇਸਾਂ ਦੀ ਸ਼ਰਤ ਭਾਵੇਂ ਕੋਈ ਵੱਡਾ ਹੈ ਭਾਵੇਂ ਕੋਈ ਬੱਚਾ ਹੈ, ਸਾਰਿਆਂ ਦੇ ਉੱਤੇ ਲਾਗੂ ਹੈ। ਸੋ ਇਹ ਜਿਹੜੇ ਅਹਿਮ ਨਿਰਣੇ ਦਿੱਤੇ ਗਏ ਸਿੱਖ ਰਹਿਤ ਮਰਿਆਦਾ, ਸਿੱਖ ਸਿਧਾਂਤਾਂ, ਸਿੱਖ ਪਰੰਪਰਾਵਾਂ ਦੇ ਉੱਤੇ ਔਰ ਕਰਕੇ ਉਹਨਾਂ ਨੇ ਇੱਕ ਨਿਰਣਾ ਦੇ ਦਿੱਤਾ ਤਾਂ ਕਿ ਕੋਈ ਸ਼ੱਕ ਸ਼ੁਬਾ ਨਾ ਰਹਿ ਜਾਏ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੇ ਲਈ ਜੋ ਸ਼ਲਾਘਾਯੋਗ ਜੋ ਉਪਰਾਲਾ ਕੀਤਾ, ਸ਼ੁਰੂ ਦੇ ਵਿੱਚ ਜ਼ਰੂਰ ਇੱਕ ਥੋੜ੍ਹਾ ਜਿਹਾ ਕਦਮ ਲੜਖੜਾਇਆ, ਜਿਹੜਾ ਐਫੀਡੇਵਿਟ ਸੀ ਉਸ ਦੇ ਨਾਲ ਕੁਛ ਭੁਲੇਖਾ ਪਿਆ, ਪਰ ਬਾਅਦ ਵਿੱਚ ਉਸ ਨੂੰ ਦਰੁਸਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਫਾਈਨਲ ਐਫੀਡੇਵਿਟ ਦਿੱਤਾ, ਜਿਸ ਨੂੰ ਮੰਨ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਜੋ ਜੱਜਮੈਂਟ ਦਿੱਤੀ ਹੈ। ਸੋ ਇਹ ਜਿਹੜੇ ਚਾਰ ਨੁਕਤੇ ਹਨ ਕਿ ਇਹ ਸਿੱਖ ਗੁਰਦੁਆਰਾ ਐਕਟ, ਇਹ ਸਮੇਂ ਦੇ ਨਾਲ, ਇਹ ਇਟ ਹੈਜ਼ ਵਿਦਸਟੁੱਡ ਦਾ ਟਾਈਮ, ਦਾ ਟੈਸਟ ਆਫ ਦਾ ਟਾਈਮ, ਔਰ ਨਾਲ ਹੀ ਕਿ ਸਿੱਖ ਰਹਿਤ ਮਰਿਆਦਾ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਸਿੱਖ ਰਹਿਤ ਮਰਿਆਦਾ ਇੱਕ ਬਹੁਤ ਅਹਿਮ ਅੰਗ ਹੈ, ਸਿੱਖ ਰਹਿਤ ਮਰਿਆਦਾ ਨੂੰ ਵੀ ਮਾਨਤਾ ਦਿੱਤੀ ਹੈ। ਇਹਦੇ ਬਾਰੇ ਕਿਰਨ ਜੀ, ਜਿਹੜੇ ਇਹ ਚਾਰ ਨੁਕਤੇ ਹਨ, ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਆਉਣ ਵਾਲੇ ਸਮੇਂ ਲਈ ਜਾਂ ਸਿੱਖ ਸਿਧਾਂਤਾਂ ਲਈ ਇਹਨਾਂ ਦੀ ਕਿੰਨੀ ਕੁ ਅਹਿਮੀਅਤ ਹੈ? ਧਰਮ ਦੇ ਮਾਮਲੇ ਦੇ ਵਿੱਚ ਕੋਰਟ ਦੇ ਫੈਸਲੇ ਕੋਈ ਬਹੁਤ ਮਾਇਨਾ ਨਹੀਂ ਰੱਖਦੇ, ਪਰ ਕਿਉਂਕਿ ਕੋਰਟ ਨੇ ਜਿਹੜੇ ਸਾਡੇ ਧਾਰਮਿਕ ਵਿਸ਼ਵਾਸ ਹੈਗੇ ਜੀ, ਉਹਨਾਂ ਦੀ ਪ੍ਰੋੜਤਾ ਹੀ ਕੀਤੀ ਹੈ ਤੇ ਅੱਜ ਅਸੀਂ ਉਹਨਾਂ ਨੂੰ ਕੋਰਟ ਕਰ ਰਹੇ ਹਾਂ, ਠੀਕ ਹੈ ਜੀ। ਇਹ ਬਹੁਤ ਇੱਕ ਫੰਡਾਮੈਂਟਲ ਗੱਲ ਹੈਗੀ ਹੈ ਕਿ ਜਦੋਂ ਧਰਮ ਦੀ ਗੱਲ ਸਿਧਾਂਤ ਦੀ ਗੱਲ ਆਉਂਦੀ ਹੈ ਜੀ, ਤੇ ਸਿਧਾਂਤ ਹੈਗਾ ਉਹ ਇੱਕ ਸਾਰ ਹੀ ਹੁੰਦੇ, ਕੋਈ ਫਰਕ ਨਹੀਂ ਪੈਂਦਾ ਕੌਣ ਕਿੱਥੇ ਬੈਠਾ, ਕਿਸੇ ਦੀ ਕੀ ਵਿਚਾਰਧਾਰਾ, ਕਿਹੋ ਜਿਹੇ ਹਾਲਾਤ ਹਨ ਜਿਨ੍ਹਾਂ ਦੇ ਵਿੱਚ ਕੋਈ ਇਨਸਾਨ ਰਹਿ ਰਿਹਾ, ਸਿਧਾਂਤ ਸਿਧਾਂਤ ਹੈ, ਉਹਨੇ ਉਹੀ ਰਹਿਣਾ ਜੀ। ਅਗਰ ਹਰ ਬੰਦੇ ਦੀ ਆਪਣੀ ਇੰਟਰਪ੍ਰੀਟੇਸ਼ਨ ਹੁੰਦੀ ਹੈ ਜੀ, ਔਰ ਇਹ ਕਿਸੇ ਦੀ ਸੋਝੀ ਵੱਧ ਤੇ ਕਿਸੇ ਦੀ ਸੋਝੀ ਘੱਟ ਜੀ, ਇਸ ਲਈ ਇਹ ਵੀ ਜੇ ਅਸੀਂ ਕਹਿ ਦਈਏ ਕਿ ਵੀ ਅਜੇ ਰਾਣੂ ਨੇ ਹੁਣ ਕੇਸ ਕੀਤਾ ਸੀ ਸਹਿਜਧਾਰੀ ਨੂੰ ਵੋਟਰ ਬਣਾਉਣ ਵਾਸਤੇ, ਤੇ ਡਾਕਟਰ ਰਾਣੂ ਦਾ ਜਿਹੜਾ ਕਨਸੈਪਟ ਸਹਿਜਧਾਰੀ ਦਾ ਹੈਗਾ ਸੀ ਉਹ ਸੀ ਕਿ ਵੀ ਜਿਹਨੇ ਕੇਸ ਕੱਟੇ ਜਿਹੜਾ ਪਤਿਤ ਹੈ ਉਹ ਸਹਿਜਧਾਰੀ ਹੈ ਜੀ ਜੀ, ਇਹ ਬੜਾ ਸੌਖਾ ਰਸਤਾ ਹੈਗਾ ਵੀ ਜਿਸ ਪਰਿਵਾਰ ਦੇ ਵਿੱਚ ਜੰਮੇ ਹੋਵੋ ਕੇਸ ਕੱਟਦੇ ਹੋ, ਅਸੀਂ ਤਾਂ ਜੀ ਸਹਿਜਧਾਰੀ ਹੋ ਗਏ ਹਾਂ, ਆਪਣੇ ਆਪ ਨੂੰ ਪਤਿਤ ਨਾ ਕਹੋ। ਉਹਦੀਆਂ ਬੜੀਆਂ ਪੋਲੀਟੀਕਲ ਇੰਪਲੀਕੇਸ਼ਨਸ ਵੀ ਹੈਗੀਆਂ ਸੀ, ਜਿਸ ਤੋਂ ਮੈਂ ਪਹਿਲੇ ਗੱਲ ਕੀਤੀ ਸੀ ਕਿ ਵੀ ਜਦੋਂ ਗੁਰਦੁਆਰਾ ਪ੍ਰਬੰਧ ਦੀ ਗੱਲ ਆਉਂਦੀ ਹੈ ਜੀ, ਗੁਰਦੁਆਰਾ ਪ੍ਰਬੰਧ ਦਾ ਜਿਹੜਾ ਆਧਾਰ ਹੈ ਉਹ ਸਿੱਖ ਰਹਿਤ ਮਰਿਆਦਾ ਹੈ ਜੀ। ਸ਼੍ਰੋਮਣੀ ਕਮੇਟੀ ਦਾ ਕੰਮ ਹੈ ਜੋ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਹੈ ਉਹ ਗੁਰਦੁਆਰਿਆਂ ਦੇ ਵਿੱਚ ਲਾਗੂ ਕਰਨੀ, ਉਸੇ ਦਾ ਪ੍ਰਚਾਰ ਕਰਨਾ ਜੀ ਜੀ, ਤੇ ਜਿਹਦਾ ਆਪਣਾ ਉਸ ਰਹਿਤ ਮਰਿਆਦਾ ਦੇ ਵਿੱਚ ਵਿਸ਼ਵਾਸ ਨਹੀਂ ਹੈ ਉਹਨੂੰ ਕੀ ਹੱਕ ਹੈ ਜੀ ਦਖਲ ਦੇਵੇ। ਬਿਲਕੁਲ, ਇਹਦੇ 'ਚ ਕਿਰਨ ਜੋਤ ਜੀ ਜਿਹੜਾ ਮੇਨ ਦੋ ਚੀਜ਼ਾਂ ਬੜੀਆਂ ਉੱਭਰ ਕੇ ਸਾਹਮਣੇ ਆਈਆਂ, ਪੰਜਾਬ ਹਾਈ ਕੋਰਟ ਨੇ ਵਾਰ-ਵਾਰ ਇਹ ਕਿਹਾ ਅਸੀਂ ਕੋਈ ਨਿਯਮ ਸਥਾਪਿਤ ਨਹੀਂ ਕਰ ਰਹੇ, ਅਸੀਂ ਆਪਣੀ ਤਰਫੋਂ ਕੋਈ ਜੱਜਮੈਂਟ ਨਹੀਂ ਦੇ ਰਹੇ, ਅਸੀਂ ਤਾਂ ਸਿਰਫ ਇਹ ਦੱਸ ਰਹੇ ਹਾਂ ਕਿ ਸਿੱਖ ਰਹਿਤ ਮਰਿਆਦਾ ਇਹ ਕਹਿ ਰਹੀ ਹੈ, ਅਸੀਂ ਉਸ ਨੂੰ ਮੁੜ ਦਰਸਾ ਰਹੇ ਹਾਂ
ਕਿ ਅਗਰ ਕਿਸੇ ਨੇ ਆਪਣੇ ਆਪ ਨੂੰ ਸਹਿਜਧਾਰੀ ਦੀ ਪਰਿਭਾਸ਼ਾ ਵਿੱਚ ਲਿਆਉਣ ਦੀ ਜਿਹੜੀ ਗੱਲ ਕੀਤੀ ਹੈ ਉਹ ਸਹੀ ਨਹੀਂ ਹੈ। ਨਾਲ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹ ਗੁਰਦੁਆਰਿਆਂ ਦੇ ਪ੍ਰਬੰਧ ਦੀ ਗੱਲ, ਇਹਦੇ ਨਾਲ ਹਾਈ ਕੋਰਟ ਦੀ ਜੱਜਮੈਂਟ ਦੇ ਨਾਲ ਇਹ ਕੇਵਲ ਗੁਰਦੁਆਰਿਆਂ ਤੱਕ ਹੀ ਸੀਮਿਤ ਨਹੀਂ ਰਹਿ ਗਈ, ਬਲਕਿ ਇਹ ਇਸ ਦੀ ਜਿਹੜੀ ਹੈ ਤਾਂ ਉਹ ਕੋਈ ਸੀਮਾ ਹੀ ਨਹੀਂ ਰਹਿ ਗਈ, ਇਹ ਭੂਗੋਲਿਕ ਹੱਦਬੰਦੀਆਂ ਤੋਂ ਬਾਹਰ ਜਾ ਕੇ ਇਹ ਸਮਾਂ ਰਹਿਤ ਔਰ ਸੀਮਾ ਰਹਿਤ ਇੱਕ ਜੱਜਮੈਂਟ ਹੋ ਗਈ ਹੈ ਜਿਹੜਾ ਕਿ ਹਰ ਸਿੱਖ ਦੇ ਉੱਤੇ ਹਰ ਥਾਂ ਦੇ ਉੱਤੇ ਲਾਗੂ ਹੈ। ਸੋ ਮੈਂ ਤੇ ਦੁਬਾਰਾ ਫੇਰ ਇਹੀ ਗੱਲ ਕਵਾਂਗੀ ਕਿ ਸਿੱਖ ਕੌਣ ਹੈ, ਸਹਿਜਧਾਰੀ ਕੌਣ ਹੈ, ਸਾਡੀ ਕੀ ਪਰੰਪਰਾਵਾਂ ਹਨ। ਇਹਦੇ ਉੱਪਰ ਮੇਰੀ ਸੋਚ ਅਨੁਸਾਰ ਕਿ ਹਾਈ ਕੋਰਟ ਅਗਰ ਇੱਕ ਡਿਸੀਜਨ ਦਿੰਦੀ ਹੈ ਜਿਹਦੇ ਨਾਲ ਕਿ ਅਸੀਂ ਸਹਿਮਤ ਹੈਗੇ ਹਾਂ, ਜਾਂ ਆਬਜ਼ਰਵੇਸ਼ਨ ਦਿੰਦੀ ਹੈ ਜਿਹਦੇ ਨਾਲ ਅਸੀਂ ਸਹਿਮਤ ਹਾਂ, ਤੇ ਮੈਂ ਨਹੀਂ ਸਮਝਦੀ ਉਹ ਸਾਡੇ ਵਾਸਤੇ ਇੰਨੀ ਜ਼ਿਆਦਾ ਇੰਪੋਰਟੈਂਟ ਹੈ ਜਿੰਨਾ ਕਿ ਸਾਡੇ ਆਪਣੇ ਧਾਰਮਿਕ ਵਿਸ਼ਵਾਸ ਹਨ ਜਾਂ ਸਾਡੇ ਆਪਣੇ ਸਿਧਾਂਤ ਹਨ ਜੋ ਸਾਡੀ ਆਪਣੀ ਸੋਚ ਹੈ। ਹਾਂਜੀ, ਪਰ ਇਹਦਾ ਅਸਰ ਜਿਹੜਾ ਹੈ ਆਪਰੇਟਿਵ ਪਾਰਟ ਇਮੀਡੀਏਟਲੀ ਤਾਂ ਸਿੱਖ ਗੁਰਦੁਆਰਾ ਐਕਟ ਦੇ ਉੱਤੇ ਲਾਗੂ ਹੈ, ਕਿਉਂਕਿ ਗੁਰਦੁਆਰਾ ਐਕਟ ਜੋ ਹੈ ਕਾਨੂੰਨ ਦਾ ਇੱਕ ਇੰਸਟਰੂਮੈਂਟ ਹੈ। ਸੋ ਉਸਦੇ ਉੱਤੇ ਤਾਂ ਇਮੀਡੀਏਟ ਲਾਗੂ ਹੋਏਗਾ ਔਰ ਉਹਦੇ 'ਤੇ ਫਰਕ ਪਏਗਾ। ਸੋ ਅਸੀਂ ਚਾਹਵਾਂਗੇ ਕਿ ਸਾਡੇ ਦਰਸ਼ਕ, ਅਗਰ ਉਹ ਬੀਬੀ ਕਿਰਨਜੋਤ ਕੌਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਔਰ ਸਾਬਕਾ ਜਨਰਲ ਸਕੱਤਰ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਅਹਿਮ ਅਹੁਦੇ 'ਤੇ ਰਹੇ ਹਨ, ਜੇ ਉਹ ਆਪ ਨਾਲ ਕੋਈ ਗੱਲ ਕਰਨਾ ਚਾਹੁਣ ਅਸੀਂ ਆਪ ਦੀ ਇਜਾਜ਼ਤ ਨਾਲ ਉਹਨਾਂ ਨੂੰ ਲਾਈਨ 'ਤੇ ਲਵਾਂਗੇ। ਹੈਲੋ 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 ਹਾਂਜੀ ਹਾਂਜੀ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਕੌਣ ਬੋਲ ਰਹੇ ਜੀ? ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ, ਬੋਲ ਰਿਹਾ ਜੀ। ਹਾਂਜੀ, ਕਿੱਥੋਂ ਵੀਰ ਜੀ? ਹਾਂਜੀ, ਓਹੋ ਲਾਈਨ ਥੋੜ੍ਹੀ ਡਿਸਟਰਬ ਹੋਈ ਹੈ। ਹੈਲੋ 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 ਸਾਡਾ ਕਨੈਕਸ਼ਨ ਥੋੜ੍ਹਾ ਡਿਸਟਰਬ ਹੋਇਆ ਹੈ। ਹੈਲੋ ਹੈਲੋ ਹਾਂਜੀ ਜੀ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੋਸ਼ਿਸ਼ ਕਰੀਏ ਬੀਬੀ ਕਿਰਨਜੋਤ ਕੌਰ ਨੂੰ ਲਾਈਨ 'ਤੇ ਲੈਣ ਦੀ, ਕਿੱਦਾਂ ਲੈਣਾ ਮੈਂ ਕੋਸ਼ਿਸ਼ ਕਰ ਰਿਹਾ ਜੇ ਸਟੂਡੀਓ ਵੱਲੋਂ। ਨਹੀਂ, ਮੈਂ ਤੁਹਾਡੇ ਨਾਲ ਇੱਕ ਬੇਨਤੀ ਕਰਨੀ ਹੈ। ਹਾਂਜੀ ਹੁਕਮ, ਕੌਣ ਬੋਲ ਰਹੇ ਜੀ? ਮੈਂ ਜੋ ਚੀਜ਼ ਲਿਆਉਂਦੇ ਹੋ ਨਿਰਪੱਖ ਹੋ ਕੇ ਰੱਖਦੇ ਹੋ, ਤੋ ਇਹਦੇ ਲਈ ਤੁਹਾਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਤੇ ਬਾਕੀ ਪਰਿਭਾਸ਼ਾ ਦੇ ਬਾਰੇ ਤਾਂ ਜਿਵੇਂ ਕੋਰਟ ਨੇ ਦੱਸ ਹੀ ਦਿੱਤਾ ਹੈ ਤੇ ਬੀਬੀ ਜੀ ਨੇ ਸਾਰੀ ਗੱਲ ਐਕਸਪਲੇਨ ਕਰ ਦਿੱਤੀ ਹੈ ਤੇ ਪੂਰਨ ਤੌਰ ਤੇ ਸਿੱਖਾਂ ਉੱਤੇ ਲਾਗੂ ਹੋ ਚੁੱਕੀ ਹੈ। ਤੋ ਹੁਣ ਕੋਈ ਸਹਿਜਧਾਰੀ ਤੇ ਦੂਜੇ ਸਿੱਖ ਦੀ ਬਾਰੇ ਕੋਈ ਗੱਲ ਰਹਿ ਤਾਂ ਗਈ ਨਹੀਂ ਹੈ ਬਾਕੀ, ਤੇ ਜੇ ਕੋਈ ਆਪਣੇ ਤੌਰ ਤੇ ਕੋਈ ਰੌਲਾ ਪਾਉਂਦਾ ਬੇਸ਼ੱਕ ਪਾਈ ਜਾਏ। ਠੀਕ ਹੈ ਜੀ, ਬਹੁਤ ਦੂਜੀ ਗੱਲ ਇੱਕ ਬੇਨਤੀ ਮੈਂ ਤੁਹਾਡੇ ਚਰਨਾਂ 'ਚ ਕਰਨੀ ਹੈ ਜੀ, ਜਿਵੇਂ ਤੁਸੀਂ ਹੁਣ ਇੱਕ ਦਿਨ ਆਉਂਦੇ ਹੋ, ਤੁਸੀਂ ਦੋ ਦਿਨ ਨਹੀਂ ਇਹ ਪ੍ਰੋਗਰਾਮ ਕਰ ਸਕਦੇ? ਇਹ ਮੇਰੇ ਵੱਸ ਨਹੀਂ, ਇਹ ਮੈਨੇਜਮੈਂਟ ਦਾ ਕੰਮ ਹੈ। ਬਾਕੀ ਜਿੰਨਾ ਕੁ ਚੱਲ ਰਿਹਾ ਮੇਰਾ ਖਿਆਲ ਹੈ ਕਿ ਇਹ ਵੀ ਵਾਹਿਗੁਰੂ ਦੀ ਕਿਰਪਾ ਹੈ, ਜੇ ਅਸੀਂ ਦੇ ਸਕੀਏ ਜੋ ਜਿੰਨੀ ਕੁ ਵੀ ਸੇਵਾ ਹੋ ਸਕੇਗੀ ਹਾਲਾਤ ਦੇ ਮੁਤਾਬਕ ਉਹ ਜ਼ਰੂਰ ਕਰਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ।
ਸਾਨੂੰ ਹੋਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ। ਤੁਸੀਂ ਦੇਖੋ ਜਿਵੇਂ ਰਿਆੜ ਸਾਹਿਬ ਆਉਂਦੇ ਹੋ ਜੀ, ਉਹ ਗੱਲ ਜਿਹੜੀ ਆ ਨਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਤਬਾ ਲਾਉਂਦੇ ਹੋ, ਪਰ ਉਹਨਾਂ ਬੰਦਿਆਂ ਨੂੰ ਹੀ ਬੁਲਾਉਂਦੇ ਨੇ ਜਿਹੜੇ ਬੰਦੇ ਉਹਨਾਂ ਦੇ ਖਿਲਾਫ ਹੁੰਦੇ ਨੇ। ਨਹੀਂ ਏਦਾਂ ਦੀ ਦੇਖੋ, ਤੁਹਾਨੂੰ ਕਈ ਵਾਰ ਨਜ਼ਰੀਆ ਬਦਲ ਸਕਦਾ ਹੈ, ਐਸੀ ਗੱਲ ਨਹੀਂ। ਜਸ ਪੰਜਾਬੀ ਕਦੀ ਵੀ ਪੱਖਪਾਤੀ ਨਹੀਂ ਹੋ ਸਕਦਾ, ਇਹ ਸਾਡੀ ਪਾਲਿਸੀ ਹੈ, ਬਹੁਤ ਕਲੀਅਰ ਪਾਲਿਸੀ ਹੈ। ਨਿਰਪੱਖ ਹੋ ਕੇ ਜੋ ਪੰਥ ਦੇ ਹਿੱਤ ਵਿੱਚ ਹੈ, ਜੋ ਪੰਜਾਬ ਦੇ ਹਿੱਤ ਵਿੱਚ ਹੈ, ਜੋ ਕੌਮੀ ਹਿੱਤ ਵਿੱਚ ਹੈ, ਅਸੀਂ ਉਹ ਗੱਲ ਕਰਨੀ ਹੈ। ਬਹੁਤ ਬਹੁਤ ਧੰਨਵਾਦ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬੜਾ ਮੌਕਾ ਮਿਲਿਆ ਜੀ ਭੈਣ ਜੀ ਨਾਲ ਗੱਲ ਕਰਨ ਦਾ। ਮੇਰੀ ਇੱਕ ਛੋਟੀ ਜਿਹੀ ਗੁਜ਼ਾਰਿਸ਼ ਹੈ ਜੀ, ਮੈਂ ਧਰਮ ਦੀ ਡੈਫੀਨੇਸ਼ਨ ਪੁੱਛਣਾ ਚਾਹੁੰਦਾ ਭੈਣ ਜੀ ਕੋਲੋਂ। ਉਹ ਸਾਡੀ ਵੀਰ ਜੀ ਲਾਈਨ ਕੱਟੀ ਗਈ, ਇੱਕ ਮਿੰਟ ਮੈਂ ਦੇਖਾਂ ਲਾਈਨ 5, 2, 3, 4, 5 ਮੈਂ ਕੋਸ਼ਿਸ਼ ਕਰਦਾ, ਇੱਕ ਮਿੰਟ। ਹੈਲੋ, ਹਾਂਜੀ, ਸੋਰੀ ਬੇਬੀ ਜੀ, ਤੁਹਾਡਾ ਲਾਈਨ ਕੱਟੀ ਗਈ ਸੀ। ਉਹ ਮੈਨੂੰ ਲੱਗਦਾ ਹੈ ਕਿ ਹੁਣ ਉਹਨਾਂ ਦੀ ਲਾਈਨ ਕੱਟੀ ਗਈ ਜਿਹੜੇ ਹੀ ਇਜ਼ ਔਨਲਾਈਨ। ਉਹ ਪੁੱਛ ਰਹੇ ਸੀ ਕਿ ਤੁਹਾਡੇ ਕੋਲੋਂ ਇੱਕ ਸਵਾਲ ਕਰਨਾ ਚਾਹੁੰਦੇ ਸੀ ਕਿ ਧਰਮ ਦੀ ਕੀ ਪਰਿਭਾਸ਼ਾ ਹੈ, ਸਿੱਖ ਦੀ ਪਰਿਭਾਸ਼ਾ ਤਾਂ ਕਹਿੰਦੇ ਸਾਨੂੰ ਪਤਾ ਲੱਗ ਗਈ, ਸੋ ਤੁਸੀਂ ਦੱਸੋ ਕਿ ਧਰਮ ਦੀ ਕੀ ਪਰਿਭਾਸ਼ਾ ਹੈ। ਇਹ ਤੁਹਾਡੇ ਕੋਲੋਂ ਇੱਕ ਸਵਾਲ ਸਾਡੇ ਇੱਕ ਦਰਸ਼ਕ ਪੁੱਛਣਾ ਚਾਹੁੰਦੇ ਸੀ। ਧਰਮ ਦੀ ਪਰਿਭਾਸ਼ਾ ਤਾਂ ਮੈਨੂੰ ਦੇਣੀ ਬਹੁਤ ਔਖੀ ਲੱਗਦੀ ਹੈ। ਮੇਰੇ ਖਿਆਲ ਹੈ ਗੁਰੂ ਅਰਜਨ ਦੇਵ ਜੀ ਨੂੰ ਪੁੱਛ ਲਈਏ, ਉਹਨਾਂ ਨੂੰ ਪੁੱਛਿਆ ਸੀ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਮੇਰਾ ਖਿਆਲ ਹੈ ਸਾਰੀ ਪਰਿਭਾਸ਼ਾ ਵਿੱਚ ਆ ਗਈ, ਅਤੇ ਅਸੀਂ ਕੋਸ਼ਿਸ਼ ਕਰੀਏ। ਤੁਸੀਂ ਲਾਈਨ 'ਤੇ ਰਹਿਣਾ, ਮੈਂ ਦੂਸਰੀ ਲਾਈਨ ਮੈਂ ਕੋਸ਼ਿਸ਼ ਕਰਾਂ, ਅਤੇ ਹਾਂਜੀ ਤੁਸੀਂ ਲਾਈਨ 'ਤੇ ਹੀ ਰਹਿਣਾ। ਹੈਲੋ, ਹੈਲੋ, ਲਾਮਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਵੀਰ ਜੀ? ਮੈਂ ਗੁਰਬਖਸ਼ ਸਿੰਘ ਬੋਲਦਾ ਜੀ, ਵਰਜੀਨੀਆ ਤੋਂ। ਹਾਂਜੀ ਭਾਈ ਸਾਹਿਬ, ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀ, ਬੜਾ ਅੱਛਾ ਇਸ਼ੂ ਲੈ ਕੇ ਆਏ ਹੋ ਤੁਸੀਂ ਜੀ। ਪਰ ਮੈਂ ਥੋੜਾ ਜਿਹਾ ਫੀਲ ਕੀਤਾ ਹੈ ਕਿ ਬੀਬੀ ਕਿਰਨਜੀਤ ਕੌਰ ਜਿੰਨਾ ਪੁਆਇੰਟ ਨੂੰ ਸਟ੍ਰੈਸ ਕਰਨਾ ਚਾਹੁੰਦਾ, ਇੰਨਾ ਪਤਾ ਨਹੀਂ ਕਿਉਂ ਨਹੀਂ ਕਰਨਾ ਚਾਹੁੰਦੇ। ਨਹੀਂ ਨਹੀਂ, ਸ਼ੀ ਇਜ਼ ਔਨਲਾਈਨ, ਉਹ ਲਾਈਨ ਦੇ ਉੱਤੇ ਹੈਗੇ ਹੈ। ਔਰ ਮੈਂ ਇੱਕ ਗੱਲ ਕਹਿ ਸਕਦਾ ਕਿ ਜਿੰਨੀ ਕੁ ਦਲੇਰੀ ਦੇ ਨਾਲ ਔਰ ਜਿੰਨੀ ਦ੍ਰਿੜਤਾ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੁੰਦਿਆਂ ਹੋਇਆਂ ਉਹਨਾਂ ਨੇ ਇਸ ਮਸਲੇ ਨੂੰ ਜਿਸ ਦਲੇਰੀ ਦੇ ਨਾਲ ਚੁੱਕਿਆ, ਉਹ ਬਹੁਤ ਵੱਡੀ ਗੱਲ ਹੈ, ਅਤੇ ਐਸਾ ਨਹੀਂ ਹੋ ਸਕਦਾ। ਇਹ ਇਸ ਵੇਲੇ ਨੈਸ਼ਨਲ ਟੀਵੀ ਦੇ ਉੱਤੇ ਨੇ ਔਰ ਹਰ ਬੰਦਾ ਇਸ ਗੱਲ ਨੂੰ ਸੁਣ ਰਿਹਾ ਹੈ। ਅਸੀਂ ਉਹ ਤੁਹਾਡੇ ਨਾਲ ਲਾਈਨ 'ਤੇ ਹੈਗੇ ਹੈ, ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਤੁਸੀਂ ਲਾਈਨ 'ਤੇ ਰਹਿਣਾ, ਉਹ ਤੁਹਾਡੀ ਗੱਲ ਦਾ ਜਵਾਬ ਦੇਣਗੇ। ਬਹੁਤ ਬਹੁਤ ਧੰਨਵਾਦ, ਇੱਕ ਛੋਟਾ ਜਿਹਾ ਬ੍ਰੇਕ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਸਹਿਜਤਾਰੀ ਦੇ ਮੁੱਦੇ ਦੇ ਉੱਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਆਈ ਹੋਈ ਇਤਿਹਾਸਕ ਜੱਜਮੈਂਟ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ। ਸਾਡੇ ਨਾਲ ਬੀਬੀ ਕਿਰਨਜੋਤ ਕੌਰ, ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਨ। ਇੱਕ ਦਰਸ਼ਕ ਨੇ ਕਿਹਾ ਕਿ ਬੀਬੀ ਜੀ ਪੂਰੀ ਦ੍ਰਿੜਤਾ ਨਾਲ ਕਿਉਂ ਨਹੀਂ ਖੁੱਲ੍ਹ ਕੇ ਬੋਲ ਰਹੇ ਜੇ ਉਹ ਲਾਈਨ ਦੇ ਉੱਤੇ ਹਨ, ਅਤੇ ਮੈਂ ਚਾਹਾਂਗਾ ਕਿ ਬੀਬੀ ਕਿਰਨਜੋਤ ਕੌਰ ਇਸ ਗੱਲ ਦਾ ਖੁਦ ਹੀ ਜਵਾਬ ਦੇਣਗੇ। ਹਾਂਜੀ ਕਿਰਨਜੋਤ ਜੀ, ਤੁਸੀਂ ਲਾਈਨ 'ਤੇ ਹੋ? ਹੈਲੋ, ਹੈਲੋ, ਹਾਂਜੀ ਹਾਂਜੀ ਹਾਂਜੀ, ਤੁਹਾਡੇ ਕੋਲੋਂ ਇੱਕ ਦਰਸ਼ਕ ਪੁੱਛ ਰਹੇ ਹੈ
ਕਿ ਤੁਸੀਂ ਖੁੱਲ੍ਹ ਕੇ ਕਿਉਂ ਨਹੀਂ ਦ੍ਰਿੜਤਾ ਨਾਲ ਬੋਲ ਰਹੇ। ਮੈਂ ਤਾਂ ਕਿਹਾ ਕਿ ਜਿੰਨੀ ਕੁ ਦ੍ਰਿੜਤਾ ਨਾਲ ਬੋਲ ਸਕਦੇ ਹੈ, ਵਿੱਚ ਰਹਿੰਦੇ ਹੋਏ ਇਹਨਾਂ ਨੇ ਜਵਾਬ ਦਿੱਤਾ ਔਰ ਐਫੀਡੇਵਿਟ ਵਗੈਰਾ ਜੋ ਕੁਛ ਕੀਤਾ, ਪਰ ਉਹ ਉਹਨਾਂ ਦਾ ਸਵਾਲ ਹੈ ਕਿ ਤੁਸੀਂ ਪੂਰੀ ਦਲੇਰੀ ਨਾਲ ਔਰ ਖੁੱਲ੍ਹ ਕੇ ਕਿਉਂ ਨਹੀਂ ਜਵਾਬ ਦੇ ਰਹੇ। ਉਹ ਕਹਿੰਦੇ ਕਿ ਤੁਹਾਨੂੰ ਹੋਰ ਬੋਲਡਲੀ ਬੋਲਣਾ ਚਾਹੀਦਾ ਹੈ ਇਸ ਮਸਲੇ ਦੇ ਉੱਤੇ। ਚਲੋ ਬਹੁਤ ਬਹੁਤ, ਅਸੀਂ ਇੱਕ ਦੂਸਰੀ ਕਾਲ ਇੱਕ ਲੈਂਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਦੇ ਹੋ? ਮੈਂ ਕਿਹਾ ਜੀ ਬਿਲਕੁਲ ਬੰਦ ਹੈ ਜੀ, ਕੋਈ ਗੱਲ ਨਹੀਂ ਹੈ। ਮੈਂ ਪੰਜੀ ਕੋਲੋਂ ਪੁੱਛਿਆ ਸੀ ਧਰਮ ਦੀ ਡੈਫੀਨੇਸ਼ਨ ਕੀ ਹੈ। ਹਾਂਜੀ ਹਾਂਜੀ, ਉਹ ਦੇ ਦਿੱਤੀ ਜੀ ਕਿ ਉਹ ਤੁਹਾਡੀ ਅਸਲ ਵਿੱਚ ਲਾਈਨ ਕੱਟੀ ਗਈ। ਸੋ ਧਰਮ ਦੀ ਪਰਿਭਾਸ਼ਾ ਜੋ ਹੈ ਗੁਰੂ ਅਰਜਨ ਦੇਵ ਜੀ ਨੇ ਦੇ ਦਿੱਤੀ, ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਗੁਰੂ ਨੇ ਦਿੱਤੀ ਪਰਿਭਾਸ਼ਾ, ਇਸ ਨੂੰ ਹੋਰ ਕੋਈ ਲੋੜ ਹੀ ਨਹੀਂ ਰਹਿ ਗਈ। ਬਹੁਤ ਬਹੁਤ ਧੰਨਵਾਦ ਤੁਹਾਡਾ। ਨਹੀਂ ਨਹੀਂ ਨਹੀਂ, ਧੰਨਵਾਦ ਨਾ ਕਰੋ, ਮੇਰਾ ਇੱਕ ਸੈਕਿੰਡ ਖਲੋਵੋ, ਮੈਂ ਗੱਲ ਕਰਨੀ ਭੈਣ ਜੀ ਨਾਲ। ਹਾਂਜੀ, ਮੈਂ ਭੈਣ ਜੀ ਨਾਲ ਗੱਲ ਕਰਨੀ ਹੈ। ਇੱਕ ਮਿੰਟ, ਮੈਂ ਕੋਸ਼ਿਸ਼ ਕਰਾਂ ਜੇ ਮਿਲ ਜਾਣ। ਇੱਕ ਮਿੰਟ, ਦੋ ਤਿੰਨ, ਇੱਕ ਮਿੰਟ ਜੀ। ਨਹੀਂ ਸੋਰੀ, ਹੈਲੋ, ਸਾਡੀ ਹੈਲੋ 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 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਾਡੀਆਂ ਕੁਛ ਲਾਈਨਾਂ 'ਚ ਡਿਸਟਰਬੈਂਸ ਆ ਰਹੀ ਹੈ। ਬੇਬੀ ਕਿਰਨਜੋਤ ਕੌਰ ਲਾਈਨ 'ਤੇ ਸਨ, ਪਰ ਉਹ ਲਾਈਨ ਕੱਟੀ ਗਈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨਾਲ ਅਗਰ ਰਾਬਤਾ ਫਿਰ ਕਾਇਮ ਹੋ ਸਕੇ ਤੇ। ਹਾਂਜੀ, ਤੁਸੀਂ ਕੌਣ ਬੋਲ ਰਹੇ ਵੀਰ ਜੀ? ਹਾਂਜੀ ਲੰਬਾ ਸਾਹਿਬ, ਮੈਂ ਰਣਵੀਰ ਸਿੰਘ ਰਾਣਾ ਬੋਲ ਰਿਹਾ ਜੀ। ਹਾਂਜੀ ਰਾਣਾ ਸਾਹਿਬ, ਹੁਕਮ ਕਰੋ। ਹਾਂਜੀ, ਮੈਂ ਕਿਹਾ ਬੀਬੀ ਕਿਰਨਜੋਤ ਜੀ ਨੇ ਜੋ ਵੀ ਕਿਹਾ, ਅਸੀਂ ਉਹਦੇ ਨਾਲ ਤਾਂ ਬਹੁਤ ਅੱਛਾ ਕਿਹਾ, ਪਰ ਇੱਕ ਚੀਜ਼ ਹੋਰ ਕਨਫਿਊਜ਼ਨ ਹੋ ਗਈ ਆ, ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਹਾਈ ਕੋਰਟ ਨੇ ਫੈਸਲਾ ਦਿੱਤਾ ਉਹਦੀ ਇੰਨੀ ਇੰਪੋਰਟੈਂਸ ਲਾਈਫ 'ਚ ਨਹੀਂ ਹੈਗੀ ਕਿ ਆਪ ਸਿੱਖਾਂ ਨੂੰ ਆਪ ਹੀ ਸੋਚਣਾ ਚਾਹੀਦਾ। ਨਹੀਂ ਨਹੀਂ, ਪਰ ਇਹ ਮੇਰੇ ਖਿਆਲ 'ਚ ਉਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਹਰ ਸਿੱਖ ਲਈ, ਕਿਉਂਕਿ ਉਹ ਜੋ ਵੀ ਫੈਸਲਾ ਦਿੱਤਾ ਉਹ ਬਿਲਕੁਲ ਠੀਕ ਫੈਸਲਾ ਦਿੱਤਾ। ਜੇ ਤੁਸੀਂ ਰੀਅਲ ਸਿੱਖ ਆ ਤਾਂ ਤੁਹਾਨੂੰ ਦਾੜੀ ਕੇਸ ਤਾਂ ਰੱਖਣਾ ਹੀ ਪਊਗਾ। ਨਹੀਂ, ਮੈਂ ਇਹਨੂੰ ਸਪਸ਼ਟ ਕਰਦੇ ਹਾਂ, ਉਹਨਾਂ ਦਾ ਕਦੀ ਮਤਲਬ ਨਹੀਂ ਹੈ ਕਿ ਇਹਦੀ ਅਹਿਮੀਅਤ ਨੂੰ ਘਟਾਉਣ ਦਾ। ਉਹਨਾਂ ਦਾ ਮਤਲਬ ਸਿਰਫ ਇੰਨਾ ਹੈ ਕਿ ਜੋ ਧਰਮ ਦੇ ਮਾਮਲੇ ਦੇ ਵਿੱਚ ਧਰਮ ਨੇ ਜੋ ਪਰਿਭਾਸ਼ਾ ਦਿੱਤੀ ਹੈ ਉਹ ਬਹੁਤ ਉੱਤੇ ਹੈ, ਉਸ ਉੱਤੇ ਕੋਈ ਚੀਜ਼ ਨਹੀਂ ਜਾ ਸਕਦੀ। ਅਗਰ ਹਾਈ ਕੋਰਟ ਨੇ ਕਹਿ ਦਿੱਤਾ ਤਾਂ ਇਹ ਕੋਈ ਵੱਡੀ ਗੱਲ ਨਹੀਂ, ਹਾਈ ਕੋਰਟ ਨੇ ਉਸ 'ਤੇ ਮੋਹਰ ਲਾਈ ਹੈ। ਔਰ ਇਹ ਗੱਲ ਹਾਈ ਕੋਰਟ ਨੇ ਵੀ ਵਾਰ ਵਾਰ ਕਹੀ ਹੈ, ਅਸੀਂ ਕੋਈ ਪਰਿਭਾਸ਼ਾ ਨਹੀਂ ਦੇ ਰਹੇ, ਅਸੀਂ ਸਿਰਫ ਮੋਹਰ ਲਗਾ ਰਹੇ ਹਾਂ ਜੋ ਤੁਹਾਡੇ ਨਿਯਮ ਹਨ, ਜੋ ਤੁਹਾਡੇ ਅਸੂਲ ਹਨ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਕੋਈ ਇਹਦੇ 'ਚ ਦੁਬਧਾ ਨਹੀਂ ਹੈ। ਥੈਂਕ ਯੂ। ਹੈਲੋ ਹੈਲੋ ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਵੀਰ ਜੀ? ਬਹਾਦੁਰਜੀਤ ਸਿੰਘ ਖਾਲਸ ਬੋਲ ਰਿਹਾ ਸੀਗਾ। ਕਿੱਥੋਂ ਵੀਰ ਜੀ? ਵਰਜੀਨੀਆ ਤੋਂ। ਹਾਂਜੀ ਹਾਂਜੀ ਭਾਈ ਸਾਹਿਬ ਜੀ, ਬੀਬੀ ਜੀ ਬੋਲ ਰਹੇ ਸੀ, ਸੁਣਿਆ ਸੀ ਕਿ ਮਤਲਬ ਕਹਿ ਰਹੇ ਜਿਹੜੇ ਸਿੱਖ ਉਹੀ ਹੋ ਸਕਦੇ ਜਿਹਨਾਂ ਦੀ ਕਟਿੰਗ ਨਹੀਂ ਹੋਈ, ਜਿਹਨਾਂ ਨੇ ਮਤਲਬ ਸਿੱਖ ਉਹਨੂੰ ਮੰਨਿਆ ਜਾ ਸਕਦਾ ਜਿਹੜੇ ਸਾਬਤ ਸਬੂਤ ਨੇ। ਦੇਖੋ, ਇਹ ਬੀਬੀ ਜੀ ਨੇ ਨਹੀਂ ਕਿਹਾ, ਇਹ ਜਿਤਨੇ ਪੁਰਾਣੇ ਰਹਿਤਨਾਮੇ ਹੁਕਮਨਾਮੇ ਗੁਰੂ ਗ੍ਰੰਥ ਸਾਹਿਬ ਤੋਂ ਸਾਰੀਆਂ ਚੀਜ਼ਾਂ 'ਤੇ ਆਧਾਰਿਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ, ਉਹਨਾਂ ਨੇ ਪੁੱਛਿਆ ਸੀ ਕਿ ਕੀ ਕੇਸਾਂ ਦੇ ਬਿਨਾਂ ਕਿਸੇ ਨੂੰ ਸਹਿਜਧਾਰੀ ਸਿੱਖ ਕਿਹਾ ਜਾ ਸਕਦਾ, ਜਿਸ ਦੇ ਉੱਤੇ ਇਹਨਾਂ ਸਾਰਿਆਂ ਦੇ ਆਧਾਰ ਦੇ ਉੱਤੇ
ਉਹਨਾਂ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਿਨ ਕਰਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਹਾ ਅਸੀਂ ਆਪਣੀ ਤਰਫੋਂ ਨਿਰਣਾ ਨਹੀਂ ਦੇ ਰਹੇ, ਜੋ ਸਿੱਖ ਸਿਧਾਂਤਾਂ ਦੇ ਮੁਤਾਬਕ ਉਹ ਹੈ ਕਿ ਸਹਿਜਧਾਰੀ ਲਈ ਵੀ ਕੇਸਾਧਾਰੀ ਹੋਣਾ ਜ਼ਰੂਰੀ ਹੈ। ਕਿਸੇ ਸਿੱਖ ਲਈ ਅਗਰ ਉਹ ਸਿੱਖ ਹੋ ਕੇ ਕੇਸ ਕਤਲ ਕਰਦਾ, ਰੋਮਾਂ ਦੀ ਬੇਦਬੀ ਕਰਦਾ, ਉਹ ਪਤਿਤ ਸਿੱਖ ਹੈ, ਔਰ ਜੇ ਅਗਰ ਉਹ ਕੇਸ ਨਹੀਂ ਰੱਖਦਾ ਤਾਂ ਉਹ ਸਿੱਖ ਨਹੀਂ ਹੈ। ਸੋ ਇਹ ਬੀਬੀ ਜੀ ਨੇ ਨਹੀਂ ਕਿਹਾ, ਨਾ ਹੀ ਕਿਸੇ ਹੋਰ ਨੇ ਹਾਈ ਕੋਰਟ ਨੇ ਕਿਹਾ, ਉਹਨਾਂ ਨੇ ਉਸ ਪੁਰਾਣੇ ਫੈਸਲੇ ਦੇ ਉੱਤੇ ਮੋਹਰ ਲਗਾਈ ਹੈ ਜੀ। ਧੰਨਵਾਦ ਤੁਹਾਡਾ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਹਾਂਜੀ ਮੈਂ ਪਰਮਜੀਤ ਸਿੰਘ ਬੋਲ ਰਿਹਾ। ਹਾਂਜੀ ਵੀਰ ਜੀ। ਹਾਂਜੀ ਮੇਰੀ ਬੇਨਤੀ ਸੀ ਵੀ ਆਪਾਂ ਜੋ ਕਹਿੰਦੇ ਵੀ ਸਿਧਾਂਤ ਜੀ ਗੁਰਮਰਿਆਦਾ ਦਾ ਹੈ ਜੀ, ਕਿ ਜੋ ਕਤਲ ਕਰਦਾ ਕੇਸ ਉਹ ਸਿੱਖ ਨਹੀਂ ਹੈ। ਨਹੀਂ ਇਹ ਨਹੀਂ ਕਿਹਾ, ਇਹ ਨਹੀਂ ਕਿਹਾ। ਦੇਖੋ ਤੁਸੀਂ ਫਿਰ ਮੈਂ ਹੁਣੇ ਹੀ ਦੁਹਰਾ ਰਿਹਾ ਸੀ, ਉਹਨਾਂ ਨੇ ਇਹ ਕਿਹਾ ਅਗਰ ਕਿਸੇ ਸਿੱਖ ਦੇ ਘਰ ਜਨਮ ਲੈ ਕੇ ਅਗਰ ਕੇਸਾਂ ਦੀ ਬੇਦਬੀ ਕਰਦਾ ਤਾਂ ਉਹ ਪਤਿਤ ਸਿੱਖ ਹੈ। ਹਾਂਜੀ, ਤੇ ਪਤਿਤ ਸਿੱਖ ਜੋ ਹੈ ਜੀ ਉਹ ਆਪਾਂ ਗੁਰਦੁਆਰਿਆਂ 'ਚ ਲਾਗੂ ਕਰਕੇ ਜੋ ਪ੍ਰਧਾਨ ਬਣੇ ਹੋਏ ਨੇ ਜਾਂ ਮਤਲਬ ਜਿਸ ਤਰ੍ਹਾਂ ਵੀ ਬਣਿਆ ਹੋਇਆ, ਕੀ ਆਪਾਂ ਉਹ ਸਿਧਾਂਤ ਲਾਗੂ? ਦੇਖੋ ਜਿਹੜਾ ਦੋ ਚੀਜ਼ਾਂ ਵੱਖਰੀਆਂ, ਧਾਰਮਿਕ ਸਰੋ ਰੀਤਾਂ ਧਾਰਮਿਕ ਸਿਧਾਂਤ ਵੱਖ ਹੈ, ਗੁਰਦੁਆਰਾ ਪ੍ਰਬੰਧ ਦੇ ਸਿਧਾਂਤ ਤੁਸੀਂ ਕਿਹਨੂੰ ਪ੍ਰਬੰਧ ਸੌਂਪਣਾ ਚਾਹੁੰਦੇ ਹੋ ਨਹੀਂ ਸੌਂਪਣਾ ਚਾਹੁੰਦੇ ਹੋ। ਧਰਮ ਇੱਕ ਬਰਾਡਰ ਆਦੇਸ਼ ਦੇ ਸਕਦਾ, ਇੱਕ ਬਰਾਡਰ ਪ੍ਰਿੰਸੀਪਲ ਤੈਅ ਕਰ ਸਕਦਾ, ਉਹ ਇੱਕ ਪ੍ਰਿੰਸੀਪਲ ਦਿੱਤਾ ਜਿਹਨੂੰ ਅਸੀਂ ਸ਼ੁਰੂ 'ਚ ਕਿਹਾ ਸੀ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਮਿਲੇ, ਗੁਰਦੁਆਰਿਆਂ ਦੇ ਪ੍ਰਬੰਧ ਦਾ ਹੱਕ ਫਰਜ਼ ਖਾਲਸਾ ਜੀ ਦਾ ਹੈ। ਸੋ ਇਹਦੇ ਵਿੱਚ ਕੋਈ ਦੁਬਿਧਾ ਨਹੀਂ ਹੈਗੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਹੈਲੋ 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 ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੌਣ ਬੋਲ ਰਹੇ ਜੀ? ਮੈਂ ਜੀ ਸਮੀਪ ਸਿੰਘ ਗੁਮਟਾਲਾ ਬੋਲ ਰਿਹਾ ਡੇਟਨ ਓਹਾਇਓ ਤੋਂ। ਹਾਂਜੀ ਗੁਮਟਾਲਾ ਸਾਹਿਬ ਜੀ, ਬੜੀ ਖੁਸ਼ੀ ਹੋਈ ਤੁਸੀਂ ਅੰਮ੍ਰਿਤਸਰ ਸ਼ਹਿਰ ਤੋਂ ਕਿਸੇ ਨੂੰ ਲੈ ਕੇ ਆਏ ਅੱਜ। ਚਲੋ ਅਸੀਂ ਅੱਗੋਂ ਹੋਰ ਕਿਸੇ ਨੂੰ ਲੈ ਆਵਾਂਗੇ ਜੇ ਕਹੋਗੇ ਤੇ। ਮੈਂ ਦੋ ਗੱਲਾਂ ਕਹਿਣੀਆਂ ਚਾਹਾਂਗਾ। ਪਹਿਲਾਂ ਤਾਂ ਤੁਸੀਂ ਮੇਰਾ ਹੁਣੇ ਜਵਾਬ ਦੇ ਦਿੱਤਾ, ਕਿਸੇ ਨੇ ਪੁੱਛਿਆ ਜਦੋਂ ਕਿ ਗੁਰਦੁਆਰਾ ਦੇ ਮੈਨੇਜਮੈਂਟ ਜਾਂ ਪ੍ਰਬੰਧਕ ਵਿੱਚ ਜਿਸ ਤਰ੍ਹਾਂ ਐਸ ਜੀ ਪੀ ਸੀ ਉਹਨਾਂ ਨੇ ਬੀਬੀ ਜੀ ਨੇ ਕਿਹਾ ਜਿਹਨਾਂ ਦੇ ਘਰ ਜਾਂਦੇ ਸੀ ਵੋਟਰ ਜਿਹੜੇ ਸੀਗੇ ਜੀ, ਈਵਨ ਬੀੜੀਆਂ ਪੀਂਦੇ ਸੀ ਜਾਂ ਕਲੀਨ ਸ਼ੇਵਨ ਸੀਗੇ ਜੀ, ਤੇ ਉੱਥੇ ਚਲੋ ਮੈਂਬਰ ਕਲੀਨ ਸ਼ੇਵਨ ਸੀਗੇ, ਪਰ ਬੜੀ ਦੁੱਖ ਵਾਲੀ ਗੱਲ ਹੁੰਦੇ ਅਮਰੀਕਾ ਵਿੱਚ ਜਿਹੜੇ ਪ੍ਰਬੰਧ ਵੀ ਚੱਲ ਰਹੇ ਨੇ ਗੁਰੂ ਘਰਾਂ ਦੇ, ਉਹ ਸਾਰੇ ਪੱਧਰ ਸਿੱਖ ਨੇ, ਕੋਈ ਕੁਛ ਨੇ, ਪਰ ਇਹ ਕੰਪਲੀਟਲੀ ਡਿਫਰੈਂਟ ਇਸ਼ੂ ਹੈ, ਬਟ ਸਟਿਲ ਇਟਸ ਐਨ ਇਸ਼ੂ। ਹਾਂਜੀ, ਤੇ ਦੂਜੀ ਗੱਲ ਜਿਹੜੀ ਅਰਦਾਸ ਤੇ ਤੁਸੀਂ ਕਿਹਾ ਕਿ ਸਿੱਖਾਂ ਨੂੰ ਸਿੱਖੀ ਦਾਨ ਸਿੱਖੀ ਕੇਸਾਂ ਸਵਾਸਾ ਸੰਘ ਨਿਭਾਈ, ਮੇਰਾ ਇੱਕ ਹੋਰ ਕੰਸਰਨ ਹੈਗਾ, ਮੈਂ ਕਈ ਗ੍ਰੰਥੀ ਸਿੰਘਾਂ ਮੈਂ ਤੇ ਮੈਂਸ਼ਨ ਨਹੀਂ ਕਰਨਾ ਚਾਹਾਂਗਾ, ਪਰ ਮੈਂ ਇੱਕ ਦੋ ਗ੍ਰੰਥੀ ਸਿੰਘਾਂ ਨੂੰ ਸੁਣਿਆ ਜਿਨ੍ਹਾਂ ਨੇ ਅਰਦਾਸ ਵਿੱਚ ਇਹ ਐਲੀਮੀਨੇਟ ਕਰ ਦਿੱਤਾ ਸਿੱਖਾਂ ਨੂੰ ਸਿੱਖੀ ਦਾਨ ਕਹੀਦਾ ਫਿਰ ਕੇਸ ਦਾਨ ਕਹੀਦਾ, ਉਹ ਕੇਸ ਦਾਨ ਛੱਡ ਦਿੰਦੇ ਨੇ। ਦੇਖੋ ਇਹ ਅਗਰ ਕੋਈ ਕਰ ਰਹੇ ਹੈ ਇਹ ਇੱਕ ਬਹੁਤ ਵੱਡੀ ਧਾਰਮਿਕ ਤੌਰ ਦੇ ਉੱਤੇ ਗੁਨਾਹ ਹੈ, ਕਿਉਂਕਿ ਉਹਦੇ 'ਚੋਂ ਇੱਕ ਦਾਨ ਛੱਡ ਦੇਣਗੇ ਫਿਰ ਇਹ ਕਿੱਥੇ ਕਿੰਨੇ ਹੀ ਲਫ਼ਜ਼ ਆਣਗੇ ਜਿਹਨਾਂ ਸਿੱਖਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਉਹ ਵੀ ਲਫ਼ਜ਼ ਆਏਗਾ, ਹੋਰ ਵੀ ਕਈ ਜਗ੍ਹਾ ਆਏਗਾ, ਸੋ ਉਹ ਨਹੀਂ ਹੋ ਸਕਦਾ। ਇਸੇ ਤਰ੍ਹਾਂ ਉਹ ਇਹ ਵੀ ਛੱਡ ਦਿੰਦੇ ਨੇ, ਨਹੀਂ ਉਹ ਫਿਰ ਅਗਰ ਕੋਈ ਗਲਤੀ ਕਰ ਰਿਹਾ ਕੋਈ ਨਿੱਜੀ ਤੌਰ ਦੇ ਉੱਤੇ ਕਰ ਰਿਹਾ ਉਹ ਗੁਨਾਹਗਾਰ ਹੈ, ਉਹਦੇ ਲਈ ਕੋਈ ਅਸੀਂ ਨਿੱਜੀ ਤੌਰ 'ਤੇ ਤਾਂ ਕੁਛ ਵੀ ਨਹੀਂ ਕਰ ਸਕਦੇ, ਪਰ ਉਹ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਕੌਮੀ ਅਰਦਾਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਤਬਦੀਲੀ ਕਰੇ, ਇਹ ਗੁਰੂ ਦੀ ਬਣਾਈ ਹੋਈ ਅਰਦਾਸ ਹੈ ਜੀ। ਧੰਨਵਾਦ ਤੁਹਾਡਾ, ਥੈਂਕ ਯੂ। ਹੈਲੋ ਹੈਲੋ
ਹਾਂਜੀ ਵੀਰ ਜੀ, ਤੁਹਾਡੇ ਅੱਗੇ ਇੱਕ ਪੁਆਇੰਟ ਰੱਖਣਾ ਵਾ ਜੀ। ਸਤਿ ਸ੍ਰੀ ਫਤਿਹ ਜੀ। ਕੌਣ ਬੋਲ ਰਹੇ ਜੀ? ਮੈਂ ਜੀ ਨਿਮਾਣਾ ਜਿਹਾ ਸਿੱਖ ਬੋਲ ਰਿਹਾ। ਇੱਕ ਪੁਆਇੰਟ ਇਹ ਆ ਕਿ ਨਾਮ ਦੱਸ ਦਿਓ ਵੀਰ ਜੀ, ਨਿਮਾਣੇ ਸਿੱਖ ਦਾ। ਸਹਿਜਧਾਰੀ ਪਰਿਭਾਸ਼ਾ ਤੁਸੀਂ ਦੱਸੀ ਆ। ਨਹੀਂ, ਆਪਣਾ ਨਾਮ ਨਹੀਂ ਦੱਸੋਗੇ? ਹਾਂਜੀ, ਨਾਮ ਤੋਂ ਕੀ ਲੈਣਾ ਵੀਰ ਜੀ? ਪੁਆਇੰਟ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਟਾਈਮ ਥੋੜ੍ਹਾ ਹੈਗਾ। ਹੁਕਮ ਕਰੋ। ਅਤੇ ਉਹ ਇਹ ਆ ਕਿ ਸਿੱਖ ਦੀ ਰਹਿਤ ਸਹਿਜਧਾਰੀ ਸਿੱਖ ਦੀ ਤੁਸੀਂ ਪਰਿਭਾਸ਼ਾ ਦੱਸੀ ਆ ਕਿ ਸਿੱਖ ਧਰਮ ਨੂੰ ਮੰਨਦਾ ਹੋਵੇ ਪਰ ਉਹਦੇ ਕੇਸ ਹੋਣ। ਨਹੀਂ, ਮੈਂ ਨਹੀਂ ਕਹਿ ਰਿਹਾ। ਜੋ ਪੁਰਾਣੇ ਆਪ ਨੂੰ ਤਸਵੀਰ ਤੋਂ ਸ਼ੁਰੂ ਕੀਤੀ ਸੀ, ਗੁਰੂ ਸਾਹਿਬ ਦੇ ਹੁਕਮਨਾਮੇ ਹੈ, ਰਹਿਤਨਾਮੇ, ਉਹਨਾਂ ਸਾਰਿਆਂ ਦੇ ਵਿੱਚ ਹੈ। ਪੰਜਾਬ ਹਾਈ ਕੋਰਟ ਨੇ ਉਸ ਦੇ ਉੱਤੇ ਮੋਹਰ ਲਗਾਈ ਹੈ ਕਿ ਗੈਰ ਸਿੱਖ ਦੇ ਘਰ ਜਨਮ ਲੈ ਕੇ ਸਿੱਖੀ ਵੱਲ ਵਧਣ ਵਾਲੇ ਇਨਸਾਨ ਲਈ ਉਹ ਸਹਿਜਧਾਰੀ ਲਫ਼ਜ਼ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਵੀ ਫੈਸਲਾ ਹੈ, ਉਹਨਾਂ ਦੇ ਹੁਕਮ ਜਿਹੜੇ ਮਤੇ ਹੈ ਕਿ ਦੇਸ਼ ਦੀ ਵੰਡ ਤੋਂ ਪਹਿਲੇ ਕਾਫੀ ਵੱਡੀ ਗਿਣਤੀ ਵਿੱਚ ਸਹਿਜਧਾਰੀ ਹੁੰਦੇ ਸੀ, ਪਰ ਦੇਸ਼ ਦੀ ਵੰਡ ਦੇ ਬਾਅਦ ਜਾਂ ਤਾਂ ਉਹ ਅੰਮ੍ਰਿਤਧਾਰੀ ਹੋ ਗਏ ਜਾਂ ਮੁੜ ਹਿੰਦੂ ਧਰਮ ਦਾ ਹਿੱਸਾ ਹੋ ਗਏ। ਈਵਨ ਸੋ ਮੱਚ ਸੋ ਕਿ ਜਦੋਂ ਗੱਲ ਵੀ ਹੋਈ ਸੀ, ਜਿਹੜੇ ਸਹਿਜਧਾਰੀ ਹਨ ਭਾਈ ਹਰਬੰਸ ਲਾਲ ਜੀ, ਡਾਕਟਰ ਭਾਈ ਹਰਬੰਸ ਲਾਲ ਜੀ, ਉਹਨਾਂ ਨਾਲ ਵੀ ਗੱਲ ਹੋਈ ਸੀ। ਵਰਚੁਅਲੀ ਪੰਜਾਬ ਦੇ ਵਿੱਚ ਹੁਣ ਕੋਈ ਸਹਿਜਧਾਰੀ ਨਹੀਂ ਹੈ, ਕਿਉਂਕਿ ਸਾਰਿਆਂ ਨੇ ਅਗਰ ਜਾਂ ਤਾਂ ਆਪਣੇ ਆਪ ਨੂੰ ਹਿੰਦੂ ਲਿਖਵਾ ਲਿਆ ਅਤੇ ਜਾਂ ਉਹ ਜਿਹੜੇ ਧਰਮ ਦੇ ਖਾਤੇ ਵਿੱਚ ਜੇ ਸਾਬਤ ਸੂਰਤ ਹੋ ਗਏ ਤਾਂ ਉਹ ਸਿੱਖ ਹਨ। ਕੋਈ ਸਹਿਜਧਾਰੀ ਹੈ ਨਹੀਂ, ਇਸ ਕਰਕੇ ਉਹਨਾਂ ਨੇ ਜੋ ਲਫ਼ਜ਼ ਲਿਖੇ ਉਹ ਉਸ ਸਾਰੀ ਬੈਕਗਰਾਊਂਡ ਦੇ ਮੁਤਾਬਕ ਹਨ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਇਹ ਆਪਦੀ ਅਖੀਰਲੀ ਕਾਲ ਹੈ ਅਤੇ ਇਹ ਲੈ ਕੇ ਅਸੀਂ ਸਮਾਪਤ ਕਰਾਂਗੇ। ਅਸੀਂ ਆਪਣਾ ਹਾਂਜੀ ਉਹ ਨਹੀਂ, ਆਈ ਐਮ ਵੈਰੀ ਸੋਰੀ, ਨਹੀਂ ਸਾਨੂੰ ਬਹੁਤ ਅਫਸੋਸ ਹੈ ਕਿ ਅਸੀਂ ਚਾਹੁੰਦੇ ਸੀ ਪਰ ਉਹ ਕੁਛ ਟੈਕਨੀਕਲ ਕਾਰਨਾਂ ਕਰਕੇ ਅਸੀਂ ਨਹੀਂ ਕਰ ਸਕੇ। ਮੈਂ ਤੁਹਾਡੇ ਨਾਲ ਦੋ ਗੱਲਾਂ ਸਹਿਮਤ ਕਰ ਸਕਦਾ ਹਾਂ? ਇੱਕ ਕਰ ਦਿਓ ਤੇ ਸਮਾਂ ਸਾਡਾ ਖਤਮ ਹੋ ਗਿਆ, ਇੱਕ ਗੱਲ ਕਰ ਦਿਓ। ਨਹੀਂ ਸਰ, ਹੁਕਮ ਕਰੋ, ਤੁਸੀਂ ਹੁਕਮ ਕਰੋ। ਤਾਬਿਆਦਾਰ, ਹੁਕਮ ਕਰੋ ਜਨਾਬ। ਅੱਛਾ, ਤੁਸੀਂ ਧਰਮ ਦੇ ਬਾਰੇ ਗੱਲ ਕੀਤੀ ਸੀ, ਮੈਂ ਤੁਹਾਨੂੰ ਦੋ ਗੱਲਾਂ ਕਹਿਣਾ ਚਾਹੁੰਦਾ ਹਾਂ। ਧਰਮ ਜਿਹੜਾ ਅੱਖਰ ਹੈ ਨਾ ਜੀ, ਇਹ ਨਿਕਲਿਆ ਹੈ ਧਾਰਨਾ ਤੋਂ। ਹਾਂਜੀ, ਧਾਰਨਾ ਅਸੀਂ ਕੀ ਹੈ? ਅਸੀਂ ਆਪਣੀ ਜ਼ਿੰਦਗੀ ਦੀ ਰੋਜ਼ ਦੀ ਰੁਟੀਨ ਧਾਰਨੀ ਹੈ। ਹਾਂਜੀ, ਉਹਦੇ 'ਚ ਕੀ ਧਾਰਨਾ ਹੈ? ਰੱਬ ਦਾ ਨਾਂ ਧਾਰਨਾ ਹੈ, ਰੱਬ ਕੋਈ ਦੇਹ ਰੂਪੀ ਨਹੀਂ ਹੈ, ਰੱਬ ਦੇ ਗੁਣ ਧਾਰਨੇ ਨੇ ਅਸੀਂ। ਠੀਕ ਹੈ ਜੀ, ਭੈਣ ਜੀ ਨਾਲ ਦੋ ਗੱਲਾਂ ਸਹਿਮਤ ਕਰਨੀਆਂ ਚਾਹੁੰਦਾ ਸਾਂ। ਠੀਕ ਹੈ, ਉਹ ਤੁਸੀਂ ਅੱਜ ਕੱਲ੍ਹ ਜਿਹੜਾ ਅਸੀਂ ਧਰਮ ਹੈ ਨਾ ਜੀ, ਅਸੀਂ ਆਪਣੇ ਦੇਹ ਨਾਲ ਜੋੜ ਲਿਆ ਹੈ। ਹਾਂਜੀ, ਜਿਹੜਾ ਧਰਮ ਹੈ ਉਹ ਮਨ ਦੀ ਖੇਡ ਹੈ। ਠੀਕ ਹੈ, ਅਸੀਂ ਜਿੰਨਾ ਚਿਰ ਆਪਣੇ ਗੁਣ ਨਹੀਂ ਨਾ ਪਰਮਾਤਮਾ ਦੇ ਵਸਾਉਂਦੇ, ਉਹਨਾਂ ਚਿਰ ਤੱਕ ਧਰਮ ਅਧੂਰਾ ਹੈ। ਬਿਲਕੁਲ ਉਹੀ ਗੱਲ ਤਾਂ ਗੁਰੂ ਅਰਜਨ ਦੇਵ ਜੀ ਨੇ ਵੀ ਭਾਈ ਸਾਹਿਬ, ਅਸੀਂ ਸਾਨੂੰ ਇਜਾਜ਼ਤ ਦਿਓ, ਸਮਾਂ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਦੂਜੇ ਪ੍ਰੋਗਰਾਮ ਨੇ ਸ਼ੁਰੂ ਕਰਨਾ ਹੈ। ਫਿਰ ਆਪ ਨਾਲ ਜ਼ਰੂਰ ਗੱਲ ਕਰਾਂਗੇ, ਆਪ ਲਾਈਨ 'ਤੇ ਰਹੋ, ਤੁਹਾਡੇ ਨਾਲ ਜ਼ਰੂਰ ਅਸੀਂ ਗੱਲ ਕਰਾਂਗੇ। ਹੈਲੋ। ਸੋ ਬਹੁਤ ਬਹੁਤ ਧੰਨਵਾਦ, ਸਾਨੂੰ ਅਫਸੋਸ ਹੈ ਕਿ ਸਾਨੂੰ ਉਹ ਵਿੱਚ ਵੀਰ ਜੀ ਦੀ ਗੱਲ ਅਸੀਂ ਹੋਲਡ 'ਤੇ ਆ, ਉਹਨਾਂ ਨਾਲ ਜ਼ਰੂਰ ਪੂਰੀ ਕਰਾਂਗੇ ਔਰ ਆਪ ਤੱਕ ਉਹ ਗੱਲ ਪਹੁੰਚਾਵਾਂਗੇ ਵੀ। ਅਖੀਰ ਦੇ ਵਿੱਚ ਇੱਕ ਸੁਨੇਹਾ ਹੈ ਜਸ ਪੰਜਾਬੀ ਪਰਿਵਾਰ ਵੱਲੋਂ, ਬੀਬੀ ਪੈਨੀ ਯੋਗੀ ਰਾਜ ਸੰਧੂ, ਉਹਨਾਂ ਦਾ ਆਪਣੇ ਪੂਰੇ ਪਰਿਵਾਰ ਔਰ ਜਸ ਪੰਜਾਬੀ ਪਰਿਵਾਰ ਵੱਲੋਂ ਸਾਰੇ ਦਰਸ਼ਕਾਂ ਨੂੰ, ਸਾਰੇ ਸੁਨੇਹਿਆਂ ਨੂੰ ਇੱਕ ਉਚੇਚਾ ਸੰਦੇਸ਼ ਹੈ, ਇੱਕ ਪੈਗਾਮ ਹੈ ਕਿ 1 ਜਨਵਰੀ ਨਵੇਂ ਸਾਲ ਦੀ ਆਮਦ ਦੇ ਉੱਤੇ ਸਵੇਰੇ 9 ਵਜੇ 118 ਰਿਚਮੰਡ ਹਿੱਲ ਗੁਰਦੁਆਰਾ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾ ਰਹੇ ਹਨ। ਸਾਰੇ ਦਰਸ਼ਕਾਂ ਨੂੰ, ਸਾਰਿਆਂ ਨੂੰ ਨਿੱਘਾ ਸੁਨੇਹਾ ਹੈ, ਇੱਕ ਸੱਦਾ ਹੈ, ਉਹ ਸਾਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਔਰ ਜਿਸ ਦੀ ਸਮਾਪਤੀ 3 ਜਨਵਰੀ ਨੂੰ ਐਤਵਾਰ ਵਾਲੇ ਦਿਨ ਸਵੇਰੇ 8:30 ਵਜੇ ਹੋਏਗੀ। ਆਪ ਸਭ ਨੇ ਉੱਥੇ ਦਰਸ਼ਨ ਦੇਣ ਦੀ ਜ਼ਰੂਰ ਕਿਰਪਾਲਤਾ ਕਰਨੀ। ਇਹ ਪੈਨੀ ਯੋਗੀ ਰਾਜ ਸੰਧੂ, ਉਹਨਾਂ ਦੀ ਤਰਫੋਂ ਆਪ ਜੀ ਨੂੰ ਉਚੇਚਾ ਇੱਕ ਸੁਨੇਹਾ
ਇੱਕ ਸੱਦਾ ਪੱਤਰ ਹੈ, ਉਹਨਾਂ ਨੂੰ ਜ਼ਰੂਰ ਨਿਵਾਜਣਾ। ਅਖੀਰ ਦੇ ਵਿੱਚ ਆਪਨੇ ਜ਼ਰੂਰ info@jaspunjabi.com ਜਾਂ lamba@jaspunjabi.com ਦੇ ਉੱਤੇ ਆਪਣੇ ਵਿਚਾਰ ਲਿਖ ਕੇ ਭੇਜਣੇ ਕਿ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਲੱਗਾ। ਸਾਨੂੰ ਤੁਹਾਡੇ ਸੁਨੇਹਾਂ ਦਾ, ਸਾਨੂੰ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਹੋਏਗਾ। ਅਗਲੇ ਹਫ਼ਤੇ ਠੀਕ ਇਸੇ ਸਮੇਂ ਮੰਗਲਵਾਰ ਨੂੰ 8:30 ਵਜੇ ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਅਸੀਂ ਆਪਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।